ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਪਣੀ ਰਾਜ ਕਰੋ ਪਚੰਗੀ ਪੇਸ਼ ਚੁੱਕੇ ਹੈਗੇ ਜੀ ਆਪਣਾ ਪ੍ਰੋਗਰਾਮ ਲੈ ਕੇ ਆਪਣੇ ਵਿਚਾਰ ਅਤੇ ਜਿਸ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਵਿਚਾਰਾਂ ਦੀ ਗੱਲ ਕਰਦੇ ਹੈਗੇ ਹਾਂ, ਤੁਹਾਡੇ ਵਿਚਾਰਾਂ ਦੀ ਗੱਲ ਕਰਦੇ ਹੈਗੇ ਹਾਂ। ਅਤੇ ਅੱਜ ਅਸੀਂ ਗੱਲ ਕਰ ਰਹੇ ਹੈਗੇ ਹਾਂ ਜੀ ਵਿਸਾਖੀ ਦੀ, ਕਿਉਂਕਿ ਆਪਾਂ ਸਾਰੇ ਨਗਰ ਕੀਰਤਨ 'ਤੇ ਗਏ ਹੋਏ ਸੀਗੇ ਲਾਸਟ ਸੰਡੇ, ਅਤੇ ਮੈਂ ਸੋਚਿਆ ਕਿ ਨਾ ਪੁੱਛਿਆ ਜਾਵੇ ਸਾਡੇ ਸੰਗਤਾਂ ਨੂੰ, ਸਾਡੇ ਦਰਸ਼ਕਾਂ ਨੂੰ ਕਿ ਤੁਹਾਡਾ ਜਿਹੜਾ ਜੋ ਤੁਸੀਂ ਨਗਰ ਕੀਰਤਨ ਪੈਦਲ ਯਾਤਰਾ ਕੀਤੀ ਹੈਗੀ ਆ ਬਾਬਾ ਜੀ ਦੇ, ਜਦੋਂ ਆਪਾਂ ਬਾਬਾ ਜੀ ਦੀ ਸਵਾਰੀ ਅੱਗੇ ਸੀਗੀ ਅਤੇ ਆਪਾਂ ਪਿੱਛੇ ਪਿੱਛੇ ਨਾਲ ਨਾਲ ਬਾਬਾ ਜੀ ਦੀ ਗੁਰਬਾਣੀ ਦੇ ਸ਼ਬਦ ਗਾ ਰਹੇ ਸੀ, ਗੁਰਬਾਣੀ ਸੁਣ ਰਹੇ ਸੀ, ਅਤੇ ਨਾਲ ਨਾਲ ਜਦੋਂ ਆਪਾਂ ਸਾਰਾ ਨਗਰ ਕੀਰਤਨ ਸਟਾਰਟ ਫਰੋਮ ਸਮਥਿੰਗ ਅਤੇ ਐਂਡ ਜਿਹੜਾ ਹੋਇਆ ਸੀਗਾ ਜੀ ਹੈਂਡਸਵਰਥ ਪਾਰਕ, ਕਾਫੀ ਵੱਡਾ ਇਕੱਠ ਸੀਗਾ, ਕਾਫੀ ਸੰਗਤਾਂ ਜੁੜੀਆਂ ਹੋਈਆਂ ਸੀਗੀਆਂ ਅਤੇ ਕਾਫੀ ਮਨੋਰੰਜਨ ਦਾ ਵੀ ਸੀਗਾ ਅਤੇ ਬੱਚਿਆਂ ਦੇ ਝੂਲੇ ਵੀ ਸੀਗੇ। ਅਤੇ ਮੈਂ ਤੁਹਾਨੂੰ ਪੁੱਛਦੀ ਹੈਗੀ ਕਿ ਤੁਸੀਂ ਕੀ ਚਾਹੁੰਦੇ ਹੈਗੇ ਆ ਕਿ ਆਪਾਂ ਜੇ ਨੈਕਸਟ ਜੇ ਲਈ ਆਪਾਂ ਜਿਹੜਾ ਨਗਰ ਕੀਰਤ ਹੈਗੇ ਉਸ ਦੇ ਵਿੱਚ ਜੇ ਆਪਾਂ ਕੁਛ ਨਾ ਕੁਛ ਚੰਗਾ ਲੈ ਕੇ ਆਉਣਾ ਚਾਹੁੰਦੇ ਹੈਗੇ ਹਾਂ, ਜਾਂ ਆਪਾਂ ਸੋਚਦੇ ਹੈਗੇ ਹਾਂ ਕਿ ਇਸ ਦੇ ਵਿੱਚ ਆਪਾਂ ਕੀ ਸੁਧਾਰ ਕਰਨਾ ਚਾਹੁੰਦੇ ਹੈ, ਜਾਂ ਇਸ ਵਕਤ ਕੋਈ ਕਮੀ ਰਹਿ ਚੁੱਕੀ ਹੋਵੇ, ਜਾਂ ਤੁਸੀਂ ਸੋਚਦੇ ਕਿ ਨਹੀਂ ਇੱਥੇ ਆਹ ਹੋਣਾ ਚਾਹੀਦਾ ਸੀ, ਇੱਥੇ ਆਹ ਹੋਣਾ ਚਾਹੀਦਾ ਸੀ, ਜੇ ਤੁਸੀਂ ਦੱਸਣਾ ਚਾਹੁੰਦੇ ਹੈਗੇ ਆ ਪਲੀਜ਼ ਕਿ ਤੁਸੀਂ ਜਦੋਂ ਨਗਰ ਕੀਰਤਨ ਦੇ ਨਾਲ ਗਏ ਸੀ ਵਿਸਾਖੀ ਸਪੈਸ਼ਲੀ ਆਪਾਂ ਮਨਾਈ, ਕਿਉਂਕਿ ਜਦੋਂ ਆਪਾਂ ਵਿਸਾਖੀ ਮਨਾਉਂਦੇ ਹੈਗੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹੈਗੇ ਹਾਂ ਤਾਂ ਵਿਸਾਖੀ ਹੁੰਦੀ ਸੀ ਜਦੋਂ ਆਪਾਂ ਜਿਹੜੀ ਕਣਕਾਂ ਦੀ ਵਾਢੀ ਕਰਦੇ ਹੁੰਦੇ ਸੀਗੇ, ਕਿਉਂਕਿ ਜੱਟਾ ਸਾਡਾ ਆਪਾਂ ਜਦੋਂ ਕਣਕ ਬੀਜਦੇ ਹੈਗੇ ਹਾਂ ਅਤੇ ਬੜੇ ਆਪਣੇ ਬੱਚਿਆਂ ਵਾਂਗੂ ਬੀਜਦੇ ਹੈਗੇ ਹਾਂ ਅਤੇ ਆਪਣੇ ਬੱਚਿਆਂ ਵਾਂਗੂ ਕਣਕ ਦੀ ਰਾਖੀ ਕਰਦੇ ਹੈਗੇ ਹਾਂ। ਜਦੋਂ ਅਪ੍ਰੈਲ ਦਾ ਮਹੀਨਾ ਆਉਂਦਾ ਹੈਗਾ, ਚੌਥਾ ਮਹੀਨਾ ਵਿਸਾਖ ਦਾ ਮਹੀਨਾ ਆਉਂਦਾ ਹੈਗਾ ਅਤੇ ਜਦੋਂ ਕਣਕਾਂ ਦੀ ਵਾਢੀ ਸ਼ੁਰੂ ਹੁੰਦੀ ਹੈਗੀ ਹੈ, ਕਹਿੰਦੇ ਨੇ ਕਿ ਫਿਰ ਜੱਟ ਨੂੰ ਬਹੁਤ ਹੀ ਉਤਸ਼ਾਹ ਚੜ੍ਹ ਜਾਂਦਾ ਹੈਗਾ, ਬਹੁਤ ਹੀ ਖੁਸ਼ੀ ਹੁੰਦੀ ਹੈਗੀ ਕਿ ਜਿਸ ਦੀ ਜੇ ਸਾਰਾ ਸਾਲ ਉਸਨੇ ਜਿਹੜੀ ਫਸਲ ਦੀ ਰੱਖਿਆ ਕੀਤੀ ਹੈ, ਸਾਰੀ ਸਾਲ ਉਸਨੇ ਉਸ ਫਸਲ ਨੂੰ ਬੀਜ ਕੇ ਲਾਸਟ ਦੇ ਵਿੱਚ ਜਦੋਂ ਉਸਨੂੰ ਵੱਢਣ ਦਾ ਮੌਕਾ ਆਉਂਦਾ ਹੈਗਾ ਅਤੇ ਕਹਿੰਦੇ ਨੇ ਕਿ ਮੱਲੋ ਮੱਲੀ ਜਿਹੜੀ ਖੁਸ਼ੀ ਹੈਗੀ ਆ ਸਿਰ ਚੜ੍ਹ ਕੇ ਬੋਲਦੀ ਹੈਗੀ ਆ। ਅਤੇ ਜਦੋਂ ਕਣਕਾਂ ਦੀ ਵਾਢੀ ਪੈਂਦੀ ਕਿਤੇ ਨਾਲ ਨਾਲ ਵਿਸਾਖੀ ਦੇ ਜਿਹੜੇ ਤਿਉਹਾਰ ਹੈਗੇ, ਵਿਸਾਖੀ ਦੇ ਮੇਲੇ ਹੈਗੇ ਆ, ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਏ ਜਾਂਦੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਕਹਿੰਦੇ ਨੇ ਕਿ ਵਿਸਾਖੀ ਦਾ ਕੀ ਕਹਿਣਾ ਸੀਗਾ, ਜਦੋਂ ਆਪਾਂ ਵਿਸਾਖ ਦੇ ਮਹੀਨੇ ਦੇ ਵਿੱਚ ਗੁਰਦੁਆਰੇ ਜਾਂਦੇ ਹੁੰਦੇ ਸੀ ਅਤੇ ਨਾਲ ਨਾਲ ਜਦੋਂ ਮੇਲੇ ਲੱਗਦੇ ਸੀ, ਮੇਲਿਆਂ ਦੇ ਉੱਤੇ ਭੰਗੂੜੇ ਲੱਗਣੇ, ਇਸ ਸੋ ਮੈਨੀ ਥਿੰਗਸ ਐਕਚੁਲੀ, ਕਿਉਂਕਿ ਆਪਣੀ ਜਿਹੜੀ ਮੈਮਰੀ ਹੈਗੀ ਆ ਜਦੋਂ ਆਪਾਂ ਵਿਸਾਖੀ ਦੀ ਗੱਲ ਕਰਦੇ ਹੈਗੇ ਹਾਂ ਅਤੇ ਆਟੋਮੈਟਿਕ ਹੀ ਆਪਣੇ ਪਿੰਡ ਦੇ ਵੱਲ ਜਾਂਦੀ ਹੈਗੀ ਆ ਅਤੇ ਆਪਾਂ ਸੋਚਦੇ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਆਪਾਂ ਵਿਸਾਖੀ ਮਨਾਉਂਦੇ ਸੀ। ਬਟ ਜੇ ਆਪਾਂ ਦੋ ਤਰ੍ਹਾਂ ਨਾਲ ਗੱਲ ਕਰੀਏ, ਜੇ ਆਪਾਂ ਇੱਥੇ ਦੀ ਗੱਲ ਕਰਦੇ ਹਾਂ ਤਾਂ ਇੱਥੇ ਦੇ ਜਿਹੜੀ ਸੰਗਤ ਹੈਗੀ ਆ ਉਹਨਾਂ ਨੇ ਵੀ ਬੜਾ ਉਤਸ਼ਾਹ ਦਿਖਾਇਆ ਹੈਗਾ ਕਿ ਆਪਣੀ ਜਿਹੜੀ ਸੱਭਿਆਚਾਰ ਨੂੰ ਹੁਣ ਤੱਕ ਉਹਨਾਂ ਨੇ ਜਿੰਦਾ ਰੱਖਿਆ ਗਿਆ। ਇਸ ਕੰਟਰੀ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੇ ਜਿਹੜੀ ਵਿਸਾਖ ਮਹੀਨੇ ਦੀ ਵਿਸਾਖੀ ਜਿਹੜੀ ਹੈਗੀ ਆ, ਨਗਰ ਕੀਰਤਨ ਹੈਗੇ ਆ, ਮੇਲੇ ਹੈਗੇ ਆ ਵਿਸਾਖੀ ਦੇ, ਉਹ ਐਸੇ ਤਰ੍ਹਾਂ ਲੱਗਦੇ ਹੈਗੇ ਆ, ਐਵਰੀ ਈਅਰ ਲੱਗਦੇ ਹੈਗੇ ਆ। ਕਿਸੇ ਵੀ ਤੁਸੀਂ ਟਾਊਨ ਦੇ ਵਿੱਚ ਚਲ ਜਾਓ, ਕਿਸੇ ਵੀ ਤੁਸੀਂ ਲਿਟਲ ਟਾਊਨ ਚਲ ਜਾਓ, ਲੰਡਨ ਚਲੋ, ਲੰਡਨ ਮੈਨਚੈਸਟਰ ਹੀ ਐਵਰੀਵੇਅਰ ਮੇਲੇ। ਅਤੇ ਜੇ ਆਪਾਂ ਆਪਣੇ ਪਿੰਡ ਦੀ ਟਾਊਨ ਦੀ ਗੱਲ ਕਰਦੇ ਹੈਗੇ ਹਾਂ, ਆਪਣੇ ਜਿਹੜਾ ਆਪਣਾ ਬਰਮਿੰਘਮ ਟਾਊਨ ਹੈਗਾ, ਅਤੇ ਇਸ ਦੇ ਵਿੱਚ ਵੀ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਵਿਸਾਖੀ ਮਨਾਈ ਜਾਂਦੀ ਹੈਗੀ। ਅਤੇ ਵਿਸਾਖੀ ਕਹਿੰਦੇ ਨੇ ਕਿ ਮਨਾਉਣ ਦਾ ਇੱਕ ਹੋਰ ਹੈਗਾ ਕਿ ਜਦੋਂ ਨਵੇਂ ਕੱਪੜੇ ਪਾ ਕੇ ਸਾਡੀਆਂ ਸਵਾਣੀਆਂ, ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ ਜਾਂਦੀਆਂ ਹੈਗੀਆਂ, ਜਦੋਂ ਪਰਾਂਦੇ ਪਾ ਕੇ ਅਤੇ ਪੰਜਾਬੀ ਸੂਟ ਪਾ ਕੇ, ਪੰਜਾਬੀ ਜੁੱਤੀ ਪਾ ਕੇ, ਅਤੇ ਸਾਡੇ ਜਿਹੜੇ ਪੰਜਾਬੀ ਭਰਾ ਹੈਗੇ ਆ ਤੁਰਲੇ ਵਾਲੀ ਕਹਿੰਦੇ ਪੱਗ ਬੰਨ ਕੇ, ਕੁੜਤਾ ਪਜਾਮਾ ਪਾ ਕੇ ਜਦੋਂ ਮੇਲੇ ਦੇ ਵਿੱਚ ਜਾਂਦੇ ਹੈਗੇ ਆ, ਤਾਂ ਫਿਰ ਪਤਾ ਲੱਗਦਾ ਹੈ ਕਿ ਐਗਜੈਕਟਲੀ ਹੀ ਅਸੀਂ ਪੰਜਾਬ ਦੇ ਵਿੱਚ ਹਾਂ। ਕਿਉਂਕਿ ਅਸੀਂ ਜਦੋਂ ਹੁਣ ਆਪਣੇ ਜਿੱਦਾਂ ਨਗਰ ਕੀਰਤਨ ਸੀਗਾ ਹੈਂਡਸਵਰ ਦੇ ਵਿੱਚ, ਕਾਫੀ ਜਿਹੜੇ ਪੀਪਲਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਅਤੇ ਸਾਡੇ ਵੱਲੋਂ ਕਾਫੀ ਅੱਛੀ ਫੀਡਬੈਕ ਵੀ ਅੱਛੀ ਸਾਨੂੰ ਮਿਲੀ ਹੈਗੀ ਆ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੈਗੇ ਆ। ਅਤੇ ਕਾਫੀ ਉੱਥੇ ਜਿਹੜਾ ਉਤਸ਼ਾਹ ਸੀਗਾ ਪੀਪਲਾਂ ਦਾ, ਇੰਨੀ ਐਕਚੁਲੀ ਠੰਡ ਵੀ ਸੀਗੀ, ਬਟ ਜਿਹੜੇ ਸਾਡੇ ਦਰਸ਼ਕ ਸੀਗੇ, ਜਿਹੜੇ ਸਾਡੇ ਸਰੋਤੇ ਸੀ, ਸੰਗਤਾਂ ਸੀਗੀਆਂ, ਉਹ ਉਸੇ ਤਰ੍ਹਾਂ ਆਪਣੀ ਜਿਹੜੀ ਨਗਰ ਕੀਰਤਨ ਦੇ ਵਿੱਚ ਜਾਣ ਦੀ ਉਤਸ਼ਾਹ ਜਿਹੜੀ ਐਸੇ ਤਰ੍ਹਾਂ ਚੱਲਦੀ ਰਹੀ ਸੀਗੀ। ਸੋ ਹੋਪਫੁਲੀ
ਤੁਸੀਂ ਨੈਕਸਟ ਈਅਰ ਵੀ ਇਸੇ ਤਰ੍ਹਾਂ ਜਿਹੜਾ ਸਾਡਾ ਨਗਰ ਕੀਰਤਨ ਹੈਗਾ ਤੁਸੀਂ ਇਸੇ ਤਰ੍ਹਾਂ ਨਗਰ ਕੀਰਤਨ ਦੇ ਉੱਤੇ ਜਾਓਗੇ, ਇਸੇ ਤਰ੍ਹਾਂ ਤੁਸੀਂ ਆਪਣੇ ਪੰਜਾਬੀ ਜਿਹੜੇ ਆਪਣੇ ਨਗਰ ਕੀਰਤਨ ਹੈਗੇ ਆ, ਮੇਲੇ ਹੈਗੇ ਆ, ਇਸੇ ਤਰ੍ਹਾਂ ਕਹਿੰਦੇ ਲੱਗਦੇ ਰਹਿਣ ਅਤੇ ਇਸ ਤਰ੍ਹਾਂ ਕਹਿੰਦੇ ਪੰਜਾਬੀ ਇਕੱਠੇ ਹੁੰਦੇ ਰਹਿਣ, ਤਾਂ ਹੋਪਫੁਲੀ ਅਸੀਂ ਹੁਣ ਤੁਹਾਨੂੰ ਨੈਕਸਟ ਈਅਰ ਜਦੋਂ ਵਿਸਾਖੀ ਦਾ ਮੇਲਾ ਲੱਗਣਾ ਹੈਗਾ ਐਂਡ ਵੀ ਗੈਨ ਸੀ ਨੈਕਸਟ ਈਅਰ ਐਜ਼ ਵੈਲ ਐਂਡ ਵੀ ਗੋ ਵਨ ਮੇਲਾ ਐਜ਼ ਵੈਲ ਫੋਰ ਦ ਹੋਲ ਹੰਟਨ ਹੋ ਰਿਹਾ ਹੈਗਾ, ਹੋਪਫੁਲੀ ਵੀ ਕੈਨ ਸੀ ਜੀ ਓਵਰ ਦੇ, ਉੱਥੇ ਵੀ ਤੁਹਾਨੂੰ ਮਿਲਾਂਗੇ ਵਿਸਾਖੀ ਦੀਆਂ ਕਹਿੰਦੇ ਨੇ ਕਿ ਜਿਹੜੀਆਂ ਤੁਹਾਨੂੰ ਵਧਾਈਆਂ ਦੇਵਾਂਗੇ ਅਤੇ ਤੁਹਾਡੇ ਕੋਲ ਵਿਸਾਖੀ ਦੀਆਂ ਵਧਾਈਆਂ ਲਵਾਂਗੇ ਵੀ, ਕਿਉਂਕਿ ਵਿਸਾਖ ਮਹੀਨਾ ਜਿਹੜਾ ਹੈਗਾ ਕਹਿੰਦੇ ਨੇ ਕਿ ਸਾਡੇ ਪੰਜਾਬੀਆਂ ਦੇ ਲਈ ਬਹੁਤ ਹੀ ਸੁੱਚਾ ਅਤੇ ਉੱਚਾ ਮੰਨਿਆ ਜਾਂਦਾ, ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਇਸ ਮਹੀਨੇ ਦੇ ਵਿੱਚ ਜੋ ਜੋ ਕੁਰਬਾਨੀਆਂ ਦਿੱਤੀਆਂ ਜਿਹਨਾਂ ਕਰਕੇ ਅਸੀਂ ਅੱਜ ਆਪਣੀ ਪੰਜਾਬੀਅਤ ਨੂੰ ਜਿੰਦਾ ਰੱਖ ਸਕਦੇ ਹਾਂ, ਪੰਜਾਬੀਅਤ ਨੂੰ ਬੋਲ ਰਹੇ ਹੈਗੇ ਹਾਂ, ਪੰਜਾਬੀਅਤ ਕਹਾਉਣ ਦੇ ਅਸੀਂ ਲਾਇਕ ਹੈਗੇ ਹਾਂ ਉਸ ਗੁਰੂਆਂ ਪੀਰਾਂ ਦੇ ਕਰਕੇ ਹੈਗੇ ਹਾਂ। ਕਹਿੰਦੇ ਨੇ ਕਿ ਹਮੇਸ਼ਾ ਆਪਣੇ ਗੁਰੂਆਂ ਪੀਰਾਂ ਨੂੰ ਇਸੇ ਤਰ੍ਹਾਂ ਤੁਸੀਂ ਯਾਦ ਰੱਖਿਆ ਕਰੋ, ਇਸੇ ਤਰ੍ਹਾਂ ਤੁਸੀਂ ਉਹਨਾਂ ਦੀ ਕੁਰਬਾਨੀਆਂ ਸੱਭਿਆਚਾਰ ਨੂੰ ਆਪਣੇ ਪੰਜਾਬੀ ਪਹਿਰਾਵੇ ਨੂੰ ਆਪਣੀ ਪੰਜਾਬੀ ਬੋਲੀ ਨੂੰ ਕਿਤੇ ਵੀ ਤੁਸੀਂ ਗੁਆਚਣ ਨਾ ਦੇਵੋ। ਅਤੇ ਇਹ ਤਾਂ ਸੀ ਸਾਡੇ ਜੀ ਨਗਰ ਕੀਰਤਨ ਦਾ, ਅਤੇ ਤੁਹਾਡੇ ਲਈ ਇੱਕ ਅਸੀਂ ਬੜਾ ਸਰਪ੍ਰਾਈਜ਼ ਜਿਹਾ ਲੈ ਕੇ ਆਏ ਹੈਗੇ ਹਾਂ। ਸਾਡੇ ਸਟੂਡੀਓ ਵਿੱਚ ਆਏ ਹੈਗੇ ਆ ਜੀ ਅੱਜ ਆਲ ਦ ਵੇ ਫਰੋਮ ਪੰਜਾਬ, ਸਾਡੀ ਖੁਦ ਦੀ ਧਰਤੀ ਦੇ ਉੱਤੋਂ, ਬੂਟਾ ਮੁਹੰਮਦ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਔਰ ਖਾਸ ਕਰਕੇ ਮੈਂ ਸਮੂਹ ਪੰਜਾਬੀਆਂ ਨੂੰ ਜਿਹੜੇ ਸਿੱਖ ਚੈਨਲ ਵੇਖ ਰਹੇ ਆ ਉਹਨਾਂ ਸਾਰਿਆਂ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਇੱਕ ਤਾਂ ਹੈਗਾ ਵੈਲਕਮ, ਅਤੇ ਦੂਜਾ ਤੁਸੀਂ ਜਿਹੜਾ ਪੰਜਾਬੀ ਜਿਹੜੇ, ਮੈਂ ਹੁਣੇ ਹੁਣੇ ਨਗਰ ਕੀਰਤਨ ਦੀ ਗੱਲ ਕਰ ਰਹੀ ਸੀਗੀ, ਜਿਹੜਾ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਹੈਣਸਵਰ ਦੇ ਉੱਤੇ, ਤੁਸੀਂ ਵੀ ਉੱਥੇ ਆਪਣੇ ਧਾਰਮਿਕ ਗੀਤਾਂ ਦੇ ਨਾਲ ਸਾਡੇ ਦਰਸ਼ਕਾਂ ਦਾ, ਸਾਡੀ ਸੰਗਤਾਂ ਦਾ ਮਨੋਰੰਜਨ ਕੀਤਾ ਸੀ। ਜੀ ਮੈਂ ਹਾਜ਼ਰੀ ਭਰੀ ਹੈ ਜੀ। ਹਾਂਜੀ, ਅਤੇ ਤੁਹਾਡੀ ਹਾਜ਼ਰੀ ਲਗਾਉਣ ਤੋਂ ਪਹਿਲਾਂ ਅਸੀਂ, ਕਿਉਂਕਿ ਸਾਡੇ ਜਿਹੜੇ ਦਰਸ਼ਕ ਹੈਗੇ ਉਹ ਕਾਫੀ ਉਤਸ਼ਾਹ ਰਹਿੰਦੇ ਹੈਗੇ ਆ ਕਿ ਜਦੋਂ ਵੀ ਕੋਈ ਸਾਡੀ ਖੁਦ ਦੀ ਧਰਤੀ ਤੋਂ ਬਿਲੋਂਗ ਕਰਦਾ ਹੈਗਾ, ਕੋਈ ਆਉਂਦਾ ਹੈਗਾ ਸਾਡੇ ਵਿਹੜੇ ਦੇ ਵਿੱਚ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਉਸ ਪੰਜਾਬ ਦੀ ਗਲੀਆਂ ਦੇ, ਉਸ ਪੰਜਾਬ ਦੇ ਪਿੰਡ ਦੇ ਵਿਹੜੇ ਦੇ ਵਿੱਚ ਹੀ ਬੈਠੇ ਹੈਗੇ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਮੈਨੂੰ ਵੀ ਐਂ ਲੱਗਦਾ ਜੋ ਮੈਂ ਤੁਹਾਡੇ ਕੋਲ ਬੈਠਾ ਤੇ ਫਿਰ ਮੈਨੂੰ ਐਂ ਲੱਗਦਾ ਜਿਵੇਂ ਦੂਰਦਰਸ਼ਨ ਜਲੰਧਰ ਹੋਵੇ ਜਾਂ ਕੋਈ ਹੋਰ ਚੈਨਲ ਦੇ ਉੱਤੇ ਅਸੀਂ ਇੰਟਰਵਿਊ ਕਰ ਰਹੇ ਹੁੰਦੇ ਹਾਂ। ਲੇਕਿਨ ਮੈਨੂੰ ਖੁਸ਼ੀ ਵਾਲੀ ਗੱਲ ਇਹ ਸਭ ਤੋਂ ਜ਼ਿਆਦਾ ਲੱਗੀ ਹੈ ਕਿ ਜਿਹੜੇ ਇੱਥੇ ਜ਼ਿਆਦਾ ਸਾਡੇ ਭਰਾ ਗੁਰਸਿੱਖ ਬਣੇ ਆ ਜਿਨ੍ਹਾਂ ਨੇ ਸਿੱਖੀ ਨੂੰ ਕਾਇਮ ਰੱਖਿਆ, ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਵੀ ਕਰਦਾ ਅਤੇ ਮੈਂ ਵਿਸਾਖੀ ਵਾਲੇ ਮੇਲੇ ਦੇ ਵਾਲੇ ਦਿਨ ਵੀ ਬੋਲਿਆ ਵੀ ਸੀ। ਔਰ ਖਾਸ ਕਰਕੇ ਮੀਡੀਆ ਦਾ ਬੜਾ ਸਹਿਯੋਗ ਹੈ ਇੱਥੇ, ਰੇਡੀਓ ਜਿੰਨੇ ਵੀ ਹੈ ਨੇ ਔਰ ਸਿੱਖ ਚੈਨਲ ਤਾਂ ਹੈ ਹੀ, ਫਿਰ ਇਸੇ ਲਈ ਹੈ ਕਿ ਇਹ ਦੱਬ ਦਿੰਦਾ ਕਿ ਤੁਸੀਂ ਭਾਈ ਆਪਣੇ ਗੁਰੂ ਵਾਲੇ ਸੱਭਿਆਚਾਰਾਂ ਨੂੰ ਜੀ ਜੀ ਪਿਆਰ ਕਰੋ, ਆਪਣੇ ਗੁਰੂਆਂ ਨੂੰ ਪਿਆਰ ਕਰੋ, ਜੋ ਸਾਡਾ ਸੱਭਿਆਚਾਰ ਹੈ ਉਹਨੂੰ ਪਿਆਰ ਕਰੋ। ਤੋ ਮੇਰਾ ਖਿਆਲ ਹੈ ਕਿ ਜਿਹਦੀ ਜ਼ਿਆਦਾ ਤੁਹਾਡੇ ਸਹਿਯੋਗ ਦੇ ਨਾਲ ਹਰ ਘਰ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਅਤੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਈ ਜਾਂਦੀ ਹੈ, ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਥੈਂਕ ਯੂ। ਜੇ ਅਸੀਂ ਗੱਲ ਕਰੀਏ ਬੋਟਲ ਜੀ ਤੁਹਾਡੇ ਬਚਪਨ ਦੀ, ਜਿੱਥੇ ਤੁਸੀਂ ਆਪਣੇ ਗਾਣੇ ਦੀ ਸ਼ੁਰੂਆਤ ਕੀਤੀ, ਐਕਚੁਲੀ ਤੁਸੀਂ ਗਾਣੇ ਤੋਂ ਨਹੀਂ ਰਿਦਮ ਤੋਂ ਸ਼ੁਰੂਆਤ ਕੀਤੀ। ਜੀ ਬਿਲਕੁਲ ਜੀ, ਜਿੱਥੇ ਤੁਸੀਂ ਆਪਣੇ ਢੋਲਕੀ ਚੁੱਕੇ ਵਜਾਉਣੀ ਸਿੱਖੀ ਹੈਗੀ ਹੈ। ਜੇ ਮੈਂ ਆਪਣੇ ਦਰਸ਼ਕਾਂ ਦੱਸਾਂ ਕਿ ਤੁਹਾਡੇ ਪਿਤਾ ਜੀ ਅਤੇ ਤੁਹਾਡੇ ਦਾਦਾ ਜੀ ਉਸ ਤੁਸੀਂ ਖਾਨਦਾਨ ਚ ਹੈ ਜਿਨ੍ਹਾਂ ਦੇ ਬਲੱਡ ਟੂ ਬਲੱਡ ਮਿਊਜ਼ਿਕ ਚੱਲੇ ਆ ਰਿਹਾ ਹੈਗਾ, ਪਲੀਜ਼ ਆਪਣੇ ਥੋੜਾ ਕਿਹਾ ਜਿਹੜਾ ਬਚਪਨ ਬਾਰੇ ਚਾਨਣਾ ਪਾਓ। ਬਚਪਨ ਮੇਰਾ ਜਿਹੜਾ ਛੋਟਾ ਜਿਹਾ ਪਿੰਡ ਹੈ ਨੂਰਪੁਰ ਸਰਾਲਕਾ ਜੀਆਂ, ਮੇਰਾ ਉੱਥੇ ਜਨਮ ਹੋਇਆ, ਜੱਦੀ ਪੁਸ਼ਤਾ ਪਿੰਡ ਜਿਹੜਾ ਬੈਰਾਮ ਦੇ ਨੇੜੇ ਸੰਮਾ ਫਰਾਲਾ, ਤੇ ਇਹ ਫਗਵਾੜੇ ਦੇ ਆਈ ਥਿੰਕ ਹਾਂਜੀ ਫਗਵਾੜੇ ਤੋਂ ਬਾਅਦ ਵਿੱਚ ਗਏ ਜੀ। ਸੰਮਾ ਫਰਾਲਾ ਜਿਹੜਾ ਜੱਦੀ ਪੁਸ਼ਤਾ ਪਿੰਡ ਹੈ, ਲੇਕਿਨ ਨਾਨਕਾ ਪਿੰਡ ਉਹ ਮੇਰਾ ਨੂਰਪੁਰ ਸਰਾਲਕਾ ਜੀਆਂ, ਉਹ ਵੀ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਹੀ ਹੈ। ਔਰ ਜਦੋਂ ਮੈਂ ਹੋਸ਼ ਸੰਭਾਲੀ ਹੈ ਤੇ ਘਰ ਦੇ ਵਿੱਚ ਸੰਗੀਤ ਸਿੱਖਣ ਵਾਸਤੇ ਲੋਕ ਬਹੁਤ ਆਉਂਦੇ ਸੀਗੇ ਤੇ ਮੈਂ ਵੀ ਚੋਰੀ ਚੋਰੀ ਉਹ ਸੁਣਦਾ ਰਹਿਣਾ, ਨਾਲੇ ਸਕੂਲੇ ਜਾਣਾ, ਫਿਰ ਉੱਥੇ ਵੀ ਗਾਈ ਜਾਣਾ ਜਾਂ ਮਤਲਬ ਟੇਬਲ ਵਜਾਈ ਜਾਣਾ ਜਾਂ ਡੱਬੇ ਵਜਾਈ ਜਾਣੇ ਹਾਂਜੀ। ਤੇ ਇੱਦਾਂ ਦਾ ਕਰਦੇ 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 ਫਿਰ ਹੌਲੀ 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 ਫਿਰ ਮੈਂ ਤਾਲੀਮ ਲਈ ਆਪਣੇ ਪਿਤਾ ਜੀ ਤੋਂ। ਉਹ 1988 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਤੇ ਉਹਨਾਂ ਤੋਂ ਫਿਰ ਮੈਂ ਜਿੰਨੀ ਕੁ ਵੀ ਸ਼ਿਕਸ਼ਾ ਲਈ ਹੈ ਉਹਨਾਂ ਤੋਂ ਲਈ ਹੈ ਜੀ। ਸੇ ਤੁਸੀਂ ਜਦੋਂ ਰਿਦਮ ਦੇ ਨਾਲ ਤੁਸੀਂ ਕਿਸੇ ਦੇ ਪਿੱਛੇ ਜਦੋਂ ਵਜਾਉਂਦੇ ਸੀ, ਕਿਉਂਕਿ ਇੱਕ ਹੁੰਦਾ ਕਿ ਜਦੋਂ ਆਪਾਂ ਗਾਉਂਦੇ ਹੈਗੇ ਹਾਂ
ਇਟਸ ਕੁਆਈਟ ਡਿਫਰੈਂਟ ਇੱਕ ਜੇ ਤੁਸੀਂ ਕਿਸੇ ਦੇ ਪਿੱਛੇ ਸਾਜਾਂ ਦੇ ਤੌਰ ਤੇ ਸਾਜੀ ਦੇ ਤੌਰ ਤੇ ਜਿਵੇਂ ਕਹਾਂ ਪੰਜਾਬੀ ਦੇ ਵਿੱਚ ਸਾਜੀ ਦੇ ਤੌਰ ਤੇ ਵਜਾਉਂਦੇ ਹੈਗੇ ਆ ਤੇ ਜਦੋਂ ਤੁਸੀਂ ਗਾਉਂਦੇ ਹੈਗੇ ਆ ਆਈ ਥਿੰਕ ਦਿਸ ਇਸ ਟੂ ਡਿਫਰੈਂਟ ਇਹ ਥੋੜਾ ਕਹ ਜਿਹਦਾ ਦੋ ਚੀਜ਼ਾਂ ਮੇਲ ਨਹੀਂ ਆਈ ਥਿੰਕ ਖਾਂਦੀਆਂ ਹੈਗੀਆਂ ਇਹ ਅਸਲ ਵਿੱਚ ਇਹ ਜਿਹੜਾ ਤੁਸੀਂ ਸਵਾਲ ਕਰਦੇ ਆ ਇਹ ਤੁਹਾਡਾ ਤਜਰਬਾ ਆ ਕਿਉਂਕਿ ਤੁਹਾਡੇ ਵੀ ਬਜ਼ੁਰਗਾਂ ਤੋਂ ਜਿਹੜਾ ਸੰਗੀਤ ਚੱਲਦਾ ਆ ਰਿਹਾ ਤੇ ਪਚੰਗੀ ਗਰੁੱਪ ਦਾ ਇੱਥੇ ਬੜਾ ਵੱਡਾ ਨਾਮ ਰਿਹਾ ਤੇ ਤੁਹਾਡਾ ਸਵਾਲ ਇਸ ਕਰਕੇ ਬੜਾ ਬਹੁਤ ਅੱਛਾ ਸਵਾਲ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਜਦੋਂ ਮੈਂ ਐਜ ਏ ਰਿਦਮ ਪਲੇਅਰ ਸਾਰੇ ਜਿੱਦਾਂ ਮੈਂ ਇਸ ਕੰਟਰੀ ਦੇ ਵਿੱਚ 1984 ਦੇ ਵਿੱਚ ਸਭ ਤੋਂ ਪਹਿਲਾਂ ਮਾਨਕ ਸਾਹਿਬ ਨਾਲ ਆਇਆ ਸੀ ਜੀ ਉਦੋਂ ਮਤਲਬ ਮੈਂ ਮਿਲਿਆ ਸਾਰੇ ਆਪਣੇ ਸਾਰੇ ਪੰਜਾਬੀਆਂ ਨੂੰ ਤੇ ਕਿਉਂਕਿ ਦੁਆਬਾ ਜਿਹੜਾ ਜ਼ਿਆਦਾ ਖਾਸ ਕਰਕੇ ਇੰਗਲੈਂਡ ਦੇ ਵਿੱਚ ਸੋ ਇਸ ਕਰਕੇ ਮੈਂ ਜਦੋਂ ਰਿਦਮ ਆਪ ਵੀ ਪਲੇ ਕਰਦਾ ਸੀ ਤੇ ਉਹ ਮੈਨੂੰ ਤਜਰਬਾ ਹੋ ਗਿਆ ਉਹਦਾ ਅਤੇ ਮੈਂ ਹਾਰਮੋਨੀਅਮ ਵੀ ਆਪ ਵਜਾਉਂਦਾ ਅਤੇ ਉਹਦਾ ਵੀ ਮੈਨੂੰ ਐਕਸਪੀਰੀਅੰਸ ਹੋ ਗਿਆ ਜਦੋਂ ਮੈਂ ਆਪਣਾ ਗਰੁੱਪ ਬਣਾਇਆ ਭੈਣ ਜੀ ਉਸ ਵੇਲੇ ਮੈਨੂੰ ਉਹ ਚੀਜ਼ਾਂ ਨੇ ਬਹੁਤ ਸਪੋਰਟ ਦਿੱਤੀ ਫਿਰ ਮੈਂ ਇੱਕ ਇੱਕ ਮਜੀਸ਼ੀਅਨ ਨੂੰ ਸਾਰਿਆਂ ਨੂੰ ਉਹ ਵਰਕ ਜਿਹੜਾ ਸੀ ਉਹ ਵੰਡ ਦਿੰਦਾ ਸੀਗਾ ਕਿ ਤੁਸੀਂ ਆਪ ਜਾਣਾ ਤੁਸੀਂ ਆਪ ਜਾਣਾ ਤੁਸੀਂ ਆਪ ਜਾਣਾ ਅਤੇ ਇੱਦਾਂ ਕਰਦੇ 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 ਪਰ ਮੈਂ ਅੱਜ ਵੀ ਮੈਂ ਕਦੇ ਵੀ ਇਸ ਮੁਕਾਮ ਤੇ ਆ ਕੇ ਵੀ ਹਮੇਸ਼ਾ ਇਹੀ ਸੋਚਿਆ ਕਿ ਮੈਨੂੰ ਲੱਗਦਾ ਕਿ ਮੈਂ ਅਜੇ ਵੀ ਸਜਣ ਦਾ ਹੀ ਹਾਂ ਅਜੇ ਵੀ ਮੈਨੂੰ ਉਵੇਂ ਲੱਗਦਾ ਕਦੇ ਆਇਆ ਨਹੀਂ ਕਿ ਸਿੰਗਰ ਵਿੱਚ ਅਤੇ ਇਹਦੇ ਮਜੀਸ਼ੀਅਨ ਵਿੱਚ ਕੀ ਫਰਕ ਹੈ ਕਿਉਂਕਿ ਜਿਹੜੇ ਬੰਦੇ ਨੂੰ ਸਿੱਧਾ ਹੀ ਅਰਸ਼ਾ ਤੋਂ ਉੱਤਰ ਕੇ ਬੰਦਾ ਆਉਂਦਾ ਆ ਉਹਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਨਹੀਂ ਹੁੰਦਾ ਸੋ ਜਿਹੜੇ ਬੰਦੇ ਨੇ ਪ੍ਰੈਕਟੀਕਲੀ ਕੀਤਾ ਹੁੰਦਾ ਅਤੇ ਉਹਨੂੰ ਪਤਾ ਹੁੰਦਾ ਵੀ ਇਹ ਕਿੱਥੇ ਕਿੱਥੇ ਕੀ ਹੋਣਾ ਚਾਹੀਦਾ ਕਿਵੇਂ ਇਹਨਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਉਹ ਜਿਹੜੇ ਸਾਡੇ ਕਾਫੀ ਭਰਾ ਹੈਗੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਸਜਣ ਦਿਆ ਬਾਰੇ ਉਹ ਸਿਰਫ ਪੇਮੈਂਟ ਵੀ ਉਹਨਾਂ ਨੇ ਹੋਰ ਕਿਸੇ ਨੂੰ ਮੈਨੇਜਰ ਨੂੰ ਦਿੱਤਾ ਹੁੰਦਾ ਵੀ ਤੁਸੀਂ ਪੇਮੈਂਟ ਕਰ ਦਿਓ ਅਤੇ ਉਹ ਮਿਲਦੇ ਵੀ ਨਹੀਂ ਹੈਗੇ ਅਤੇ ਅਸੀਂ ਹੋਰ ਤਰੀਕੇ ਨਾਲ ਰਹਿੰਦੇ ਇੱਕ ਪਰਿਵਾਰ ਮੇਰਾ ਪਰਿਵਾਰ ਹੈ ਜਿਹੜਾ ਸੰਗੀਤ ਪਰਿਵਾਰ ਹੈ ਮੇਰੇ ਜਿਹੜੀ ਮੁੰਡਿਆਂ ਵਾਲੀ ਵੱਡੀ ਬਹਿਣ ਹੈ ਜਿਹਦੇ ਵਿੱਚ ਗਰੁੱਪ ਸਾਡਾ ਜਾਂਦਾ ਉਹਦੇ ਪਿੱਛੇ ਮੋਟਾ ਕਰਕੇ ਲਿਖਿਆ ਹੈ ਕਿ ਬੂਟਾ ਮੁਹੰਮਦ ਮਿਊਜ਼ੀਕਲ ਪਰਿਵਾਰ ਇੱਕ ਜੇ ਆਪਾਂ ਸਿੰਗਰ ਦੀ ਗੱਲ ਕਰਦੇ ਹੈਗੇ ਹਾਂ ਜਿਹੜੀ ਸਿੰਗਰ ਦੀ ਜ਼ਿੰਦਗੀ ਸਿੰਗਰ ਦੀ ਜਿਹੜੀ ਸਿੰਗਿੰਗ ਉਹ ਮਜੀਸ਼ੀਅਨ ਦੇ ਉੱਤੇ ਨਿਰਭਰ ਕਰਦੀ ਹੈਗੀ ਕਿਉਂਕਿ ਜੋ ਮਿਊਜ਼ਿਕ ਮਜੀਸ਼ੀਅਨਾਂ ਨੇ ਵਜਾਉਣਾ ਹੈਗਾ ਉਸੇ ਸਾਜ਼ ਤੇ ਸੁਰ ਤੇ ਤੁਸੀਂ ਗਾ ਸਕਦੇ ਹੈਗੇ ਜੇ ਸੁਰ ਇੱਧਰ ਉੱਧਰ ਹੋ ਗਈ ਤਾਂ ਸਿੰਗਰ ਦੀ ਵੀ ਥੋੜ੍ਹੀ ਵਾਰੀ ਜਿਹੜੀ ਸੋਚਣੀ ਹੈਗੀ ਹੈ ਇੱਧਰ ਉੱਧਰ ਮੇਰੇ ਖਿਆਲ ਚੱਲ ਜਾਂਦੀ ਸਾਰੀ ਕੰਪੋਜੀਸ਼ਨ ਖਰਾਬ ਹੋ ਜਾਂਦੀ ਹੈ ਨਾ ਹਾਂਜੀ ਸੇ ਤੁਸੀਂ ਜਦੋਂ ਇੱਕ ਮਨ ਦੱਸਣ ਜੇ ਤੁਸੀਂ ਮਾਨਕ ਸਾਹਿਬ ਜੀ ਦੇ ਨਾਲ ਆਏ ਸੀ ਕਲੀਆਂ ਦੇ ਬਾਦਸ਼ਾਹ ਕਹਿੰਦੇ ਨੇ ਕਿ ਉਹਨਾਂ ਦਾ ਨਾਮ ਜਿਹੜਾ ਹੈਗਾ ਰਹਿੰਦੀ ਦੁਨੀਆ ਤੱਕ ਇਸ ਤਰ੍ਹਾਂ ਚਮਕਦਾ ਰਹਿਣਾ ਹੈ ਤੁਸੀਂ ਉਹਨਾਂ ਦੇ ਨਾਲ ਐਜ਼ ਅ ਮਜੀਸ਼ੀਅਨ ਆਏ ਸੀਗੇ ਮਾਨਕ ਸਾਹਿਬ ਦੇ ਨਾਲ ਤੁਹਾਡਾ ਕੀ ਐਕਸਪੀਰੀਅੰਸ ਸੀ ਜੋ ਤੁਸੀਂ ਮਾਨਕ ਸਾਹਿਬ ਕਹਿੰਦੇ ਨੇ ਕਿ ਜਦੋਂ ਮਾਨਕ ਸਾਹਿਬ ਦਾ ਨਾਮ ਲਿਆ ਜਾਂਦਾ ਹੈਗਾ ਤੇ ਹਰੇਕ ਸਿੰਗਰ ਨੂੰ ਹਰੇਕ ਮਜੀਸ਼ੀਅਨ ਹੁੰਦਾ ਕਿ ਕਾਸ਼ ਸਾਨੂੰ ਉਹ ਟਾਈਮ ਮਿਲੇ ਕਿ ਅਸੀਂ ਮਾਨਕ ਸਾਹਿਬ ਦੇ ਨਾਲ ਮਜੀਸ਼ੀਅਨ ਦੇ ਤੌਰ ਤੇ ਜਾਂ ਸਿੰਗਰ ਜਾਂ ਅਸੀਂ ਸ਼ਗਿਰਦੀ ਦੇ ਤੌਰ ਤੇ ਉਹਨਾਂ ਦੇ ਕੋਲ ਸਿੱਖ ਸਕੀਏ ਤੁਹਾਡਾ ਕੀ ਉਦੋਂ ਸੀਗਾ ਦਿਲ ਦੇ ਵਿੱਚ ਕਿ ਤੁਸੀਂ ਮਾਨਕ ਸਾਹਿਬ ਦੇ ਨਾਲ ਬਜਾ ਰਹੇ ਸੀਗੇ ਐਜ਼ ਏ ਮਜੀਸ਼ੀਅਨ ਤੁਹਾਡਾ ਐਕਸਪੀਰੀਅੰਸ ਕੀ ਸੀਗਾ ਦੇਖੋ ਮੈਂ ਪਹਿਲਾਂ ਕੰਮ ਕਰਦਾ ਸੀ ਅਤੇ ਉਹ ਪਹਿਲਾਂ ਜਿਵੇਂ ਕੀਰਤਨ ਕਰ ਲਿਆ ਜਾਂ ਮਤਲਬ ਕਿਸੇ ਲੋਕਾਂ ਨਾਲ ਮਤਲਬ ਢੋਲਕ ਵਜਾਉਂਦਾ ਸੀਗਾ ਅਤੇ 1982 ਦੇ ਵਿੱਚ ਯਾਨੀ 82 ਦੇ ਵਿੱਚ ਮੇਰੇ ਚਾਚਾ ਜੀ ਮਾਨਕ ਸਾਹਿਬ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਮਾਨਕ ਸਾਹਿਬ ਗੁਰੂ ਜੀ ਕਹਿੰਦੇ ਸੀਗੇ ਗੁਰੂ ਗੁਲਜ਼ਾਰ ਮੁਹੰਮਦ ਜੀ ਉਹਨਾਂ ਦਾ ਨਾਮ ਹੈ ਗੁਲਜ਼ਾਰ ਮੁਹੰਮਦ ਅਤੇ ਗੁਰੂ ਜੀ ਦੇ ਨਾਲ ਹੀ ਉਹਨਾਂ ਦਾ ਸਾਰੇ ਮੁਖਾਤਿਬ ਹੁੰਦੇ ਸੀਗੇ ਅਤੇ ਫਿਰ ਜਦੋਂ ਉਹਨਾਂ ਦਾ 82 ਦੇ ਵਿੱਚ ਦੇਹਾਂਤ ਹੋ ਗਿਆ ਉਹਨਾਂ ਦਾ ਅਤੇ ਫਿਰ ਮਾਨਕ ਸਾਹਿਬ ਨੇ ਕਿਹਾ ਉਹਨਾਂ ਨਾਲ ਸਾਡੇ ਪਰਿਵਾਰ ਵਾਲੇ ਰਿਲੇਸ਼ਨ ਤਾਂ ਔਲਰੇਡੀ ਸੀਗੇ ਅਤੇ ਉਹ ਕਹਿੰਦੇ ਵੀ ਮੈਂ ਗੁਰੂ ਜੀ ਦੇ ਪਰਿਵਾਰ 'ਚੋਂ ਵੀ ਕੋਈ ਮੈਂਬਰ ਵੀ ਮੈਨੂੰ ਚਾਹੀਦਾ ਅਤੇ ਤਾਂ ਕਿ ਇਸ ਪਰਿਵਾਰ ਨਾਲ ਮੇਰੀ ਜਿਹੜੀ ਵਿਵਸਥਾ ਇਸ ਤਰੀਕੇ ਨਾਲ ਸਾਂਝ ਬਣੀ ਰਹੇ ਅਤੇ ਫਿਰ ਘਰ ਦੇ ਵਿੱਚ ਉਹ ਮੈਂ ਬੂਟਾ ਸੀ ਅਤੇ ਬੂਟਾ ਵੱਡਾ ਸੀਗਾ ਮੈਂ ਹੀ ਵੱਡਾ ਸੀ ਅਤੇ ਉਸ ਵੇਲੇ ਮੇਰੀ ਏਜ ਜਿਹੜੀ ਸੀ 14 ਕੁ ਸਾਲ ਦੀ ਸੀ ਜਦੋਂ ਮੈਂ ਢੋਲਕ ਵਜਾਉਣ ਪਹਿਲੀ ਵਾਰ ਗਿਆ ਅਤੇ ਉਦੋਂ ਮੈਂ 14 ਕੁ ਸਾਲ ਦਾ ਸੀ ਅਤੇ ਫਿਰ ਮੈਂ ਜਦੋਂ ਗਿਆ ਤਾਂ ਮੇਰੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਘਬਰਾਹਟ ਸੀ ਮੈਂ ਨਰਵਸ ਹੋ ਗਿਆ ਬਹੁਤ ਡਿਪਰੈਸ਼ਨ ਜਿਹਾ ਵੀ ਮੈਂ ਐਡੇ ਵੱਡੇ ਕਲਾਕਾਰ ਦੇ ਨਾਲ ਹਾਲਾਂਕਿ ਮੈਂ ਚਾਚਾ ਜੀ ਕਹਿੰਦਾ ਸੀ ਉਹਨਾਂ ਨੂੰ ਹੁਣ ਵੀ ਮਤਲਬ ਐਂਡ ਤੱਕ ਹੀ ਕਹਿੰਦਾ ਰਿਹਾ ਅਤੇ ਅੱਜ ਵੀ ਨਿਭਾ ਰਿਹਾ ਉਹੀ ਜਿਹੜਾ ਰਿਸ਼ਤਾ ਆ ਲੇਕਿਨ ਦਿਲ ਦੇ ਵਿੱਚ ਹੁੰਦਾ ਨਾ ਦੁਨੀਆ ਕਿੰਨੀ ਪਹੁੰਚੀ ਹੋਈ ਸੀ ਬਹੁਤ ਜ਼ਿਆਦਾ ਜੀ ਨਾ ਪਿੱਛੇ ਮਜੀਸ਼ੀਅਨ ਅਤੇ ਫਿਰ ਉਹਨਾਂ ਨੇ ਹੌਲੀ ਹੌਲੀ ਮੈਨੂੰ ਇੰਨਾ ਦਿਲਾਸਾ ਦੇ ਕੇ ਤਾਂ
फिर तो बस ये होंगे कि जिवें इत्थे साडे रिवाज है कि 10-15 मजिशियन उदों रिवाज नहीं सी। मैं कला ढोलक बजाउंदा हुंदा सी, इक मुंडे ने घड़ियां बजा देना, इक ने हारमोनियम बजा देना, इक तूंबी बजा, बस चार मुंडे साडे काम करन वाले, पंजवें मानक साहब इको गड्डी च जाना ते उही काम करके वापस आ जाना। फिर हुण काफी टेक्नोलॉजी भी गां तों गां बदी होई है ना। हाँ जी, टेक्नोलॉजी दे नाल नाल साडे जिहड़े कह सकदे आ कि सुनण वाले लोग है, स्रोते है साडे, उहनां दा वी नाल नाल चेंज हुंदा। वो जिमें जिमें युग बदलता, जिमें जिमें साढ़े जिहड़ा ट्रेंड बदलता गाने का, तो उन्हां दी सोच पहला बदली हुंदी है। इस करके कलाकार फिर जिहड़ा अपनी लाइन ते जिहड़े मुकम्मल रहिंदे है, जिदा मानक साहब आ वो अपनी लाइन ते मुकम्मल रहे। हंस भाजी ने अपना लाइन बनाई, सरदूल भाजी ने अपनी, गुरदास बाबा जी ने अपनी, इस करके सारे उत्थे है। तो लेकिन कोई ना कोई जो नवा कलाकार कोई नवी चीज़ लैके आ शुरुआत करते है उस मां तो कहते कि जिस मां ने सानू इस दुनिया आई है, दुख सुख साडे नाल सांझे करदी है, जे उस मां दा कहते नाम ना लिया जाए तो कहते कि सारा प्रोग्राम भी व्यर्थ जाता है। प्लीज उस गाने दी दो लाइन प्लीज। अच्छा जी, मैं तुहाडी इजाजत है तो फिर मैं जरूर गा दिना, क्योंकि माँ का जिहड़ा कहिंदे आ सियाणे कहिंदे सारे कहिंदे कि माँ का करजा जिहड़ा 7 जन्म बंदा नहीं दे सकदा, तो माँ का तो बच्चे का रिश्ता ही इदां दा, माँ बाप का रिश्ता इदां दा कि उहदे विच तुसीं जिन्ना भी सत्कार जिन्ना भी अदब किया जाए उन्ना ही थोड़ा है। सो मैं दो लाइना मतलब असाई अंतरा तुहानूं मैं माँ के गाने का सुनाउणा। मैनू भी ये गाना बहुत पसंद है, तो शायद तुसीं उत्थे पार्क के भी सुनिया होना विसाखी वाले दिन। सो मैं नज़र कर रहा, एडिया गूड़िया जगते शामा लभदिया नहीं, एडिया गूड़िया जगते शामा लभदिया नहीं, टुर जावन एक बार ते मामा लभदिया नहीं, हाँ टुर जावन एक बार ते मामा लभदिया नहीं, पुत्र पामे हाँ पुत्र पामे लख जहान चो मंदे ने, पुत्र पामे लख जहान चो मंदे ने, पर मामा आखन सारे जग तो चंगे ने, पर मामा आखन सारे जग तो चंगे ने, होर किसे तो इंज बुफावां लभदियां नहीं, होर किसे तो इंज बुफावां लभदियां नहीं, टुर जावन एक बार ते मावां लभदियां नहीं, हाँ टुर जावन एक बार ते मावां लभदियां नहीं, है टुर जावन एक बार ते मावां लभदियां नहीं। वाह, 10 ਕੋ ਸਿੰਗਿੰਗ 10 ਕੋ ਬੂਟਾ ਮੁਹੰਮਦ ਜੀ, ਹੋਪ ਤੁਸੀਂ ਇਹਨਾਂ ਨੂੰ ਪਛਾਣਿਆ ਹੋਣਾ ਹੈਗਾ, ਕਿਉਂਕਿ ਇਹ ਗਾਣਾ ਜਿਹੜਾ ਹਰੇਕ ਦੇ ਦਿਲ ਦੇ ਕਰੀਬ ਹੈਗਾ, ਜਦੋਂ ਵੀ ਕੋਈ ਗਾਣਾ ਸੁਣਦਾ ਹੈਗਾ ਐਗਜੈਕਟਲੀ ਜਿਹੜੇ ਸਾਡੇ ਦਰਸ਼ਕ ਹੈਗੇ ਪਤਾ ਲੱਗਿਆ ਹੋਣਾ ਜੀ, ਇਹ ਹੈਗੇ ਕ੍ਰੀਏਟਰ, ਇਹ ਹੈਗੇ ਕਹਿੰਦੇ ਕਰਤਾ ਤਾਤਾ ਉਸ ਸੌਂਗ ਦੇ, ਕਿਉਂਕਿ ਇੱਕ ਹੁੰਦਾ ਹੈਗਾ ਕਿ ਜਦੋਂ ਆਪਾਂ ਗਾਣਾ ਗਾ ਦਿੰਦੇ ਹੈਗੇ ਹਾਂ ਜਿਹੜੇ ਪੀਪਲ ਨੂੰ ਦੇ ਡੋਨਟ ਨੋ ਹੂ ਇਜ਼ ਅ ਸਿੰਗਰ, ਜਦੋਂ ਆਪਾਂ ਫੇਸ ਟੂ ਫੇਸ ਆ ਕੇ ਗੱਲਬਾਤ ਕਰਦੇ ਹੈਗੇ ਆ ਤਾਂ ਫੇਰ ਜਿਹੜੇ ਪੀਪਲ ਦਰਸ਼ਕ ਹੈਗੇ ਉਹਨਾਂ ਨੂੰ ਫੇਰ ਪਤਾ ਲੱਗਦਾ ਹੈਗਾ। ਹਾਂਜੀ ਬਿਲਕੁਲ ਜੀ ਬਿਲਕੁਲ। ਹਾਂਜੀ, ਸੋ ਤੁਸੀਂ ਕਾਫੀ ਧਾਰਮਿਕ ਗੀਤ ਵੀ ਕੀਤੇ ਹੈਗੇ ਆ ਜੀ, ਤੇ ਕੁਛ ਦੋ ਕਲਾਣਾ ਧਾਰਮਿਕ ਗੀਤ ਦੀਆਂ ਵੀ ਹੋ ਜਾਣ। ਅੱਛਾ ਜੀ, ਠੀਕ ਹੈ ਜੀ। ਵੈਸੇ ਤਾਂ ਮੈਂ ਗੁਰਬਾਣੀ ਬਾਰੇ ਵੀ ਬਹੁਤ ਸਾਰੇ ਸ਼ਬਦ ਵੀ ਗਾਏ, ਸਾਰਾ ਕੁਛ ਗਾਇਆ,
ਤੁਸੀਂ ਦੱਸੋ ਵੀ ਕਿਵੇਂ ਦਾ ਸੁਣਨਾ ਚਾਹੁੰਦੇ ਆ ਜਾਂ ਮਤਲਬ ਤੁਹਾਨੂੰ ਕਿਹੜਾ ਚੰਗਾ ਲੱਗਦਾ ਉਹੀ ਮੈਂ ਨਹੀਂ ਕੋਈ ਵੀ ਜੋ ਤੁਹਾਡੇ ਦਿਲ ਦੇ ਮੈਂ ਗੁਰੂ ਰਵਿਦਾਸ ਮਹਾਰਾਜ ਦੇ ਵੀ ਉਹਨਾਂ ਦੇ ਵੀ ਮਤਲਬ ਹਾਂਜੀ ਜੋ ਤੁਹਾਡੇ ਦਿਲ ਦੇ ਕਰੀਬ ਜਿੱਦਾਂ ਹੁਣ ਵਿਸਾਖੀ ਦਾ ਤੁਸੀਂ ਗਾ ਕੇ ਹਟੇ ਆ ਪਾਰਕ ਦੇ ਵਿੱਚ ਜੀ ਦੋ ਲਾਈਨਾਂ ਉਸ ਦੀਆਂ ਹੋ ਜਾਣ ਅੱਛਾ ਜੀ ਹਾਂ ਮੈਂ ਆਗਾਜ਼ ਇੱਥੋਂ ਕੀਤਾ ਸੀ ਮੈਂ ਉਹ ਤੁਹਾਡੀ ਨਜ਼ਰ ਕਰਦਾ ਚਾਰੇ ਪੁੱਤ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ ਦਾਜ ਵਿੱਚ ਮੰਗੂ ਤਲਵਾਰਾਂ ਨਾਲੇ ਘੋੜੀਆਂ ਨੀ ਮੈਂ ਇਹੋ ਜਿਹੇ ਕੁੜਮ ਬਣਾਉਣੇ ਜੀਤਾਂ ਪੀ ਲਈ ਪਾਣੀ ਵਾਰ ਕੇ ਨੀ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਉਣੇ ਜੀਤਾਂ ਪੀ ਲਈ ਪਾਣੀ ਵਾਰ ਕੇ ਸੋ ਅੱਗੇ ਬਹੁਤ ਸੋਹਣਾ ਲਿਖਿਆ ਪਾਤਸ਼ਾਹ ਜੀ ਆਖਦੇ ਹੈ ਕਿ ਪੰਜ ਸਿੱਖ ਜਾਣਗੇ ਬਰਾਤ ਮੇਰੇ ਪੁੱਤਾਂ ਦੀ ਪੰਜ ਸਿੱਖ ਜਾਣਗੇ ਬਰਾਤ ਮੇਰੇ ਪੁੱਤਾਂ ਦੀ ਵੀ ਤੂੰ ਤਲਵਾਰਾਂ ਹੇਠ ਰਾਤ ਮੇਰੇ ਪੁੱਤਾਂ ਦੀ ਵੀ ਤੂੰ ਤਲਵਾਰਾਂ ਹੇਠ ਰਾਤ ਮੇਰੇ ਪੁੱਤਾਂ ਦੀ ਹੁਣ ਨੇ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਹੁਣ ਨੇ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਦੋ ਕੰਧਾਂ ਵਿੱਚ ਲਾਲ ਖਿਡੌਣੇ ਜੀਤਾਂ ਪੀ ਲਈ ਪਾਣੀ ਭਰ ਕੇ ਨੀ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਉਣੇ ਜੀਤਾਂ ਪੀ ਲਈ ਪਾਣੀ ਭਰ ਕੇ ਤੂੰ ਜੀਤਾਂ ਪੀ ਲਈ ਪਾਣੀ ਭਰ ਕੇ ਤੂੰ ਜੀਤਾਂ ਪੀ ਲਈ ਪਾਣੀ ਭਰ ਕੇ ਵਾਹ ਤੁਹਾਡੇ ਸ਼ਬਦ ਦੇ ਵਿੱਚ ਗੀਤਾਂ ਦੇ ਵਿੱਚ ਉਹ ਜਿਹੜਾ ਸੀਨ ਹੈਗਾ ਜਦੋਂ ਗੁਰੂ ਬਾਬਾ ਆਪਣੇ ਬੱਚਿਆਂ ਦੀ ਕੁਰਬਾਨੀ ਦਿੱਤੀ ਹੈਗੀ ਕਿਉਂਕਿ ਆਪਣੇ ਆਪਣੇ ਬੱਚੇ ਦੇ ਇੱਕ ਸੱਟ ਵੀ ਲੱਗ ਜਾਂਦੀ ਝਰੀਟ ਵੀ ਲੱਗ ਜਾਂਦੀ ਹੈ ਮੈਂ ਜੀ ਇੱਕ ਤੁਸੀਂ ਮਾਂ ਵਾਲਾ ਜਿਹੜਾ ਪਹਿਲਾਂ ਵੀ ਸੁਣਿਆ ਤੇ ਸੈਕੰਡ ਮੈਂ ਕਹਿ ਸਕਦਾ ਜਦੋਂ ਮੈਂ ਆ ਧਾਰਮਿਕ ਗੀਤ ਜਿੱਥੇ ਵੀ ਮੈਂ ਗਾਇਆ ਔਰ ਜਿੰਨੀ ਸੰਗਤ ਦੇ ਵਿੱਚ ਗਾਇਆ ਮੈਂ ਉਸ ਵੇਲੇ ਤਾਂ ਭੂਮਿਕਾ ਬਣ ਕੇ ਫਿਰ ਗੀਤ ਨੂੰ ਪੇਸ਼ ਕੀਤਾ ਜਾਂਦਾ ਨਾ ਹੁਣ ਤਾਂ ਮੈਂ ਚਲੋ ਮੈਂ ਕੁਛ ਨਹੀਂ ਭੂਮਿਕਾ ਨਹੀਂ ਬਣਾ ਸਕਿਆ ਲੇਕਿਨ ਮੈਂ ਉੱਥੇ ਦੁਨੀਆ ਤਾਂ ਹਾਂ ਮਾਰਦੀ ਵੇਖੀ ਹੈ ਔਰ ਇਦਾਂ ਦਾ ਵੀ ਹੋਇਆ ਮੈਂ ਖੁਦ ਗਾਉਂਦਾ ਮੈਂ ਰੋਲ ਨਹੀਂ ਉਹਦੇ ਵਿੱਚ ਹਿਸਟਰੀ ਸਾਨੂੰ ਕੋਲ ਆਈ ਹੈਗੀ ਆ ਜੀ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬੀਬੀ ਜੀ ਤੁਹਾਨੂੰ ਤੇ ਤੁਹਾਡੇ ਸਤਿਕਾਰਯੋਗ ਮਹਿਮਾਨਾਂ ਨੂੰ ਤੁਹਾਡੇ ਸਟਾਫ ਨੂੰ ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕਿੱਦਾਂ ਠੀਕ ਹੋ ਭੋਗਲ ਸਾਹਿਬ ਹਾਂਜੀ ਬੀਬੀ ਜੀ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ ਬਹੁਤ ਵੱਛਾ ਤੇ ਮੈਂ ਸੁਣ ਰਿਹਾ ਸੀ ਇਹਨਾਂ ਨੂੰ ਤੇ ਮੈਂ ਤੇ ਬੈਠੇ ਇਹਨਾਂ ਨੇ ਗਾਣਾ ਸ਼ੁਰੂ ਨਹੀਂ ਸੀ ਕੀਤਾ ਮੈਂ ਚਾਹ ਪੀ ਰਿਹਾ ਸੀ ਮੈਂ ਘਰੇ ਬੈਠੇ ਨੇ ਕਿਹਾ ਤਾਂ ਮੇਰੀ ਆਵਾਜ਼ ਇਹਨਾਂ ਨੇ ਸੁਣ ਲਈ ਮੈਂ ਕਿਹਾ ਕੁਛ ਸੁਣਾਓ ਯਾਰ ਸਵਾਦ ਆ ਜਾਏ ਜਰਾ ਕਿਉਂਕਿ ਜਿਹੜਾ ਗੀਤ ਸੰਗੀਤ ਵਾ ਉਹ ਰੂਹ ਦੀ ਖੁਰਾਕ ਵਾ ਹਾਂਜੀ ਰੂਹ ਦੀ ਖੁਰਾਕ ਦੇਖੋ ਮੈਂ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਕਲਾਵਾਂ ਨੇ ਬੀਬੀ ਜੀ ਤਿੰਨ ਜਿਹੜੀਆਂ ਕੋਮਲ ਕਲਾਵਾਂ ਨੇ ਨ੍ਰਿਤ ਰਾਗ ਤੇ ਸੰਗੀਤ ਹਾਂਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਧਰ ਮਿਡਲ ਈਸਟ ਦੀ ਉਦਾਸੀ ਕਰਨ ਗਏ ਆ ਤਾਂ ਇਸਲਾਮਿਕ ਜਥੇਬੰਦੀਆਂ ਨੇ ਸਭਾ ਸੁਸਾਇਟੀਆਂ ਨੇ ਉਹਨਾਂ ਨੂੰ ਕਿਹਾ ਭਾਈ ਬਾਬਾ ਨਾਨਕ ਜੀ ਇਹ ਰਾਗ ਇਸਲਾਮ ਵਿੱਚ ਮਨਾ ਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਤੁਸੀਂ ਰਾਗ ਦੇ ਵਿੱਚ ਸ਼ਬਦ ਪਾ ਕੇ ਗਾਓਗੇ ਤਾਂ ਤੁਹਾਨੂੰ ਨਜ਼ਾਰਾ ਕੋ ਤੁਹਾਨੂੰ ਕੋ ਕੁਛ ਕੁਛ ਹੋਰ ਹੀ ਦੁਨੀਆਂ ਦਿਸੇਗੀ ਉਹਨਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਕੇ ਆਏ ਸੀ ਉਹ ਸਾਰੇ ਪਾਸੇ ਕਿਹਾ ਉਹਨਾਂ ਨੇ ਤੇ ਦੋ ਇਹਨਾਂ ਵਿੱਚੋਂ ਦੋ ਕਲਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਵਾਨ ਕੀਤੀਆਂ ਰਾਗ ਤੇ ਸੰਗੀਤ ਨ੍ਰਿਤ ਨੂੰ ਨਹੀਂ ਪ੍ਰਵਾਨ ਕੀਤਾ ਤੇ ਅਸੀਂ ਤੇ ਪੜ੍ਹਦੇ ਹੀ ਆ ਆਪਣੇ ਧਾਰਮਿਕ ਕਿਤਾਬਾਂ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨਾ ਜੀ ਜਦੋਂ ਕੀਰਤਨ ਕਰਦੇ ਹੁੰਦੇ ਸੀ ਨਾ ਬੀਬੀ ਜੀ ਭਾਜੀ ਜਦੋਂ ਕੀਰਤਨ ਕਰਦੇ ਹੁੰਦੇ ਕਹਿੰਦੇ ਜਿਹੜੇ ਪਸ਼ੂ ਪੰਛੀ ਸੀ ਆਲੇ ਦੁਆਲੇ ਉਹ ਵੀ ਮੁਗਧ ਹੋ ਜਾਂਦੇ ਸਨ ਵਾਕੇ ਵਾਕੇ ਹੈ ਨਾ ਜੀ ਤੇ ਰਾਗ ਦੇ ਵਿੱਚ ਗੀਤ ਸੰਗੀਤ ਦੇ ਵਿੱਚ ਇੰਨਾ 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 ਰੱਬ ਦੀ ਰਜ਼ਾ ਹੁੰਦੀ ਹੈ ਰੱਬ ਦੀ ਰੂਹ ਹੁੰਦੀ ਹੈ ਉਹਦੇ ਰੱਬ ਦੀ ਬਰਕਤ ਹੁੰਦੀ ਉਹਦੇ ਵਿੱਚ ਜੀ ਜੀ ਜੀ
है ना जी। मैनू बड़ा चंगा लगा कि गीत संगीत मैं आप बहुत पसंद करता, खास करके जदों कीर्तन गुरुद्वारा साहब च हुंदा होवे और पक्या रागा विच उहना रागा च हुंदा जदों कीर्तन होवे जिन्हां रागा विच बाणी रची गई, कत्तिया रागां दे विच बाणी रची गई गुरु ग्रंथ साहब दी जी 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 जी, आनंद आ जांदा ते अखां च हंझू आ जांदे ने कई वारी। हां जी हां जी, राग रागणियां सारियां दर्ज ने जी। मैं कहना पुछो ना यार, लफ्ज नहीं लभदे पे गुरु धन धन श्री गुरु नानक देव जोत का, असीं किवें धन्नवाद करिए, किवें उहनां दा शुकराना करिए, कई वारी शब्द नहीं लभदे सानू जी जी जी। ते लो मैं तुहाडे 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 प्रोग्राम च एक मैं गीत संगीत ते एक शेर बोल के तुहाते मैं खिमा लै लैणी आ। हां जी शो लिखा बे, जिस प्राणी नूं रब्बी रमज दी समझ आई, जिस प्राणी नूं रबी रमज दी समझ आई, समझ आई जीवन जीवन दी उस नूं जांच हुंदी, ओए माया धारी दी मर जमीर जांदी, जिउंदे जी इक ओ लाश हुंदी। बई रुख मनुख ते पशु पंछी गीत गाउंदे, आपां इहदे नूं भैण जी गौर नहीं करदे, भाई साहब ते सारा कुछ जानदे ने जो मैं कह रहा हां जी, ਵੀ ਜਿਹੜੇ ਰੁੱਖ ਨੇ ਮਨੁੱਖ ਨੇ ਪਸ਼ੂ ਪੰਛੀ ਨੇ ਸਾਰੇ ਗੀਤ ਗਾ ਰਹੇ ਨੇ, ਅਸੀਂ ਉੱਧਰ ਧਿਆਨ ਨਹੀਂ ਦਿੰਦੇ ਕਦੇ। ਰੁੱਖ ਮਨੁੱਖ ਤੇ ਪਸ਼ੂ ਪੰਛੀ ਗੀਤ ਗਾਉਂਦੇ, ਪਰਬਤਾਂ ਪਾਣੀਆਂ ਵਿੱਚ ਵੀ ਛੇੜੀ ਕਿਸੇ ਤਾਰ ਹੁੰਦੀ, ਓਏ ਕੁੱਲ ਕਾਇਨਾਤ ਅੰਦਰ ਗੀਤ ਸੰਗੀਤ ਵੱਜੇ, ਜਿਹਦੇ ਕਰਕੇ ਉਹ ਸਰਸ਼ਾਰ ਹੁੰਦੀ। ਕਿਆ ਬਾਤ ਹੈ, ਪਰਵਰਦਿਗਾਰ ਦੇ ਗਾਏ ਨਾ ਗੀਤ ਜਿਹੜੀ, ਹਾਂਜੀ ਪਰਵਰਦਿਗਾਰ ਦੇ ਗਾਏ ਨਾ ਗੀਤ ਜਿਹੜੀ, ਉਹ ਸੋਚ ਹੀ ਦਰ ਅਸਲ ਨਾ ਪਾਕ ਹੁੰਦੀ, ਓਏ ਸੰਗੀਤਕਾਰ ਸਾਰੇ ਹੀ ਆਖਦੇ ਸੱਚ ਭੋਗਲ, ਗੀਤ ਸੰਗੀਤ ਰੂਹਾਨੀ ਖੁਰਾਕ ਹੁੰਦੀ, ਖੁਰਾਕ ਹੁੰਦੀ। ਵਾਹ ਵਾਹ ਵਾਹ, ਸੰਗੀਤਕਾਰ ਸਾਰੇ ਹੀ ਕਾਫੀ ਸਿੱਖਣ ਦਾ ਮੌਕਾ ਵੀ ਮਿਲਿਆ ਹੈਗਾ, ਕਾਫੀ ਕੁਛ ਪਤਾ ਵੀ ਲੱਗਿਆ ਹੈਗਾ। ਬਿਲਕੁਲ ਜੀ ਬਿਲਕੁਲ, ਦੇਖੋ ਉਹਨਾਂ ਨੇ ਕਿੰਨੇ ਮਤਲਬ ਉਹਨਾਂ ਦੀ ਏਜ ਦੇ ਮੁਤਾਬਕ, ਉਹਨਾਂ ਦੀ ਸਟੱਡੀ ਦੇ ਮੁਤਾਬਕ ਵਾਪਸ ਤੁਹਾਡੇ ਲਾਉਂਦੇ ਹੈਗੇ, ਜਦੋਂ ਤੁਸੀਂ ਪਹਿਲੀ ਵਾਰ ਗਾਉਣਾ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਤੁਸੀਂ ਐਜ਼ ਏ ਮਜੀਸ਼ੀਅਨ ਸ਼ੁਰੂਆਤ ਕੀਤੀ, ਤੁਸੀਂ ਕਾਫੀ ਜਿਹੜੇ ਸਿੰਗਰਾਂ ਦੇ ਪਿੱਛੇ ਮਿਊਜ਼ਿਕ ਦਿੱਤਾ ਹੈਗਾ, ਤੇ ਜਦੋਂ ਤੁਸੀਂ ਪਹਿਲੀ ਵਾਰ ਜਦੋਂ ਤੁਸੀਂ ਸਟੇਜ ਤੇ ਐਗਜੈਕਟਲੀ ਗਾਉਣਾ ਸ਼ੁਰੂ ਕੀਤਾ ਸੀ, ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਸੀ, ਜਿਹੜੇ ਤੁਹਾਡੇ ਦਰਸ਼ਕ ਸੀ, ਤੁਹਾਡੇ ਫੈਨਸ, ਕਿਉਂਕਿ ਇੱਕ ਤਾਂ ਤੁਹਾਡੇ ਫੈਨ ਉੱਦਾਂ ਵੀ ਸੀਗੇ ਜੋ ਤੁਸੀਂ ਪਿੱਛੇ ਮਿਊਜ਼ੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਹੁੰਦੇ ਸੀਗੇ। ਹਾਂਜੀ, ਅਸਲ ਵਿੱਚ ਮੇਰੀ ਜਿਹੜੀ ਆਗਾਜ਼ ਜਿਹੜਾ ਸੀਗਾ ਨਾ ਜੀ, ਉਹ ਇਸ ਤਰੀਕੇ ਨਾਲ ਹੋਇਆ ਕਿ ਸਾਡੇ ਨੇੜੇ ਫਗਵਾੜੇ ਤੋਂ ਨੇੜੇ ਰੋਜ਼ਾ ਸ਼ਰੀਫ ਮੰਡਾੜੀ ਦਰਬਾਰ ਹੈ ਬਾਬਾ ਜੀ ਦਾ, ਬਾਬਾ ਅਬਦੁੱਲੋ ਸ਼ਾਹ ਜੀ ਦਾ, ਦਾਤਾ ਅਲੀ ਅਹਿਮ ਸ਼ਾਹ ਸਰਕਾਰ, ਬਾਬਾ ਗੁਲਾਮੀ ਸ਼ਾਹ ਸਰਕਾਰ ਦਾ ਬਹੁਤ ਵੱਡਾ ਮੇਲਾ, ਉੱਥੇ 5 ਰੋਜ਼ਾ ਮੇਲਾ ਚੱਲਦਾ। ਅਤੇ ਉਹ ਮਤਲਬ ਕੋਈ ਸੁਭਾਗ ਇੱਦਾਂ ਦਾ ਪ੍ਰਾਪਤ ਹੋਇਆ ਕਿ ਬਾਬਾ ਜੀ ਨੇ ਮੇਰੀ ਡਿਊਟੀ ਲਾਈ ਹੁੰਦੀ ਸੀ ਕਿ 5 ਦਿਨ ਮਾਈਕ ਦੇ ਉੱਤੇ ਮੈਂ ਹੀ ਹੋਈ ਬੋਲਣਾ, ਜਿੰਨੇ ਵੀ ਕਲਾਕਾਰ ਆਉਣੇ ਉਹਨਾਂ ਨੂੰ ਟਾਈਮ ਦੇਣਾ ਵੰਡ ਕੇ, ਜਾਂ ਜੋ ਵੀ ਉੱਥੇ ਦਾ ਸ਼ਡਿਊਲ ਬਣਨਾ, ਅਤੇ ਉਹ ਸਾਰਾ ਅਨਾਊਂਸਮੈਂਟ ਮੈਂ ਕਰਨੀ, ਅਤੇ ਉਹਦੇ ਨਾਲ ਮੇਰਾ ਜਿਹੜਾ ਬੋਲਣ ਦਾ ਐਕਸਪੀਰੀਅੰਸ ਵੱਧਦਾ ਗਿਆ। ਅਤੇ ਹੁਣ ਜਿਹੜਾ ਮੈਂ ਸੰਗੀਤ ਨਾਲ ਜੁੜਿਆ ਸੀ ਉਹ ਵੀ ਮੇਰੇ ਅੰਦਰ ਸੀ, ਅਤੇ ਮੈਂ ਭੈਣ ਜੀ ਇੱਕ ਗਾਣਾ ਬਣਾਇਆ, ਮੈਂ ਨਾ ਵਹਿੰਦੀ ਵੇ ਤੇਰੇ ਬਾਜ਼ੇ 'ਤੇ ਰਾਖੀ, ਲੋਕ ਗੀਤ। ਹਾਂਜੀ ਪਲੀਜ਼। ਹਾਂਜੀ, ਉਹ ਲੋਕ ਗੀਤ ਜਦੋਂ ਮੈਂ ਉਹਦੀ ਹੈ ਇੱਕ ਲਾਈਨ ਦਾ ਹੀ ਆ, ਮੈਂ ਨਾ ਵਹਿੰਦੀ ਵੇ ਤੇਰੇ ਬਾਜ਼ੇ 'ਤੇ ਰਾਖੀ, ਬਸ ਇੱਕ ਲਾਈਨ ਦਾ ਗਾਣਾ। ਹੁਣ ਇੱਕ ਲਾਈਨ ਨੂੰ ਤੁਸੀਂ ਉਹਦੀ ਵੰਡ ਕਿੱਦਾਂ ਕਰ ਸਕਦੇ ਹਾਂ, ਅਤੇ ਉਹ ਬਸ ਮਾਲਕ ਨੇ ਕੁਛ ਬਖਸ਼ਿਸ਼ ਕੀਤੀ, ਅਤੇ ਮੈਂ ਉਸ ਗਾਣੇ ਦੀ ਜਦੋਂ ਇੱਕ ਲਾਈਨ ਦੀ ਵੰਡ ਕੀਤੀ ਅਤੇ ਉਹਦੀ ਕੰਪੋਜੀਸ਼ਨ ਇੰਨੀ ਕੁ ਵਧੀਆ ਬਣ ਗਈ ਕਿ ਪੂਰਾ ਬੀਟ ਸੌਂਗ ਬਣ ਗਿਆ, ਅਤੇ ਜਿਹਨੂੰ ਨਹੀਂ ਵੀ ਨੱਚਣਾ ਆਉਂਦਾ ਉਹ ਨੱਚ ਸਕਦਾ ਸੀ, ਅਤੇ ਨੱਚਿਆ ਵੀ। ਹੁਣ ਇਹ ਗਾਣਾ ਜਦੋਂ ਬਣ ਗਿਆ ਅਤੇ ਮੈਂ ਰਿਕਾਰਡ ਨਹੀਂ ਕੀਤਾ, ਰਿਕਾਰਡ ਕਰਨ ਤੋਂ ਪਹਿਲਾਂ ਮੈਂ ਦੂਰਦਰਸ਼ਨ 'ਤੇ ਲਾਈਵ ਇਹਨੂੰ ਗਾ ਦਿੱਤਾ। ਹਾਂਜੀ, ਜਦੋਂ ਦੂਰਦਰਸ਼ਨ 'ਤੇ ਇਹਨੂੰ ਲਾਈਵ ਗਾਇਆ ਅਤੇ ਪਬਲਿਕ ਨੇ ਸੋਚਿਆ ਵੀ ਕਲਾਕਾਰ ਜਿਹੜਾ ਉਹ ਗੁੱਡ ਸਿੰਗਰ ਹੀ ਹੈ, ਜਦਕਿ ਮੇਰਾ ਤਜਰਬਾ ਨਹੀਂ ਸੀ ਇੰਨਾ, ਲੇਕਿਨ ਉਹ ਪਰਫੋਰਮ ਐਸਾ ਮਤਲਬ ਉਹਦੀ ਮੈਂ ਜਿੱਦਾਂ ਹੁਣ ਤੁਸੀਂ ਸਮਝ ਸਕਦੇ ਆ, ਸੰਗੀਤ ਨੂੰ ਸਮਝਦੇ ਆ ਤੁਸੀਂ,
कि उहदे विच इक रिदम दे विच होंदी दरगदक ना 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 दरगदक ना 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 दिग नग दिग नग दिग नग ता मतलब इदां दा पैटर्न बनाया मैं रिदम दा ਕੱਲੇ ਕੱਲੇ ਬੰਦੇ ਨੂੰ ਵੰਡ ਕੇ ਦੈਟਸ ਦਾ ਮੇਨ ਪੁਆਇੰਟ ਹੈਗਾ ਜਿੱਥੋਂ ਸਿੰਗਰ ਆਪਣੀ ਸਿੰਗਿੰਗ ਦੀ ਸ਼ੁਰੂਆਤ ਕਰਦਾ ਜਿੱਥੋਂ ਪਤਾ ਲੱਗਦਾ ਕਿ ਆਪਾਂ ਨੂੰ ਸੁਰ ਤਾਲ ਦੀ ਕਿੰਨੀ ਕੁ ਸਮਝ ਹੈਗੀ ਆ ਬਿਲਕੁਲ ਜੀ ਬਿਲਕੁਲ ਔਰ ਜਦੋਂ ਮੈਂ ਇਹ ਚੀਜ਼ਾਂ ਬਣਾਈਆਂ ਨਾ ਜੀ ਫਿਰ ਉਹਦੇ ਨਾਲ ਮੈਂ ਉਹਨਾਂ ਨੂੰ ਦੱਸ ਕੇ ਤੇ ਮੈਂ ਆਪਣਾ ਮਤਲਬ ਉਹਦਾ ਪੈਟਰਨ ਬਣਾਇਆ ਕਿ ਮੈਂ ਤੁਸੀਂ ਦਰਗਦਾ ਨਾ 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 ਜਦੋਂ ਕਰੋਗੇ ਤੇ ਮੈਂ ਇੱਦਾਂ ਮੈਂ ਆਹ ਕਰੂੰਗਾ ਤੇ ਉਹ ਮਤਲਬ ਇਦਾਂ ਦੇ ਇੱਕ ਤੁਹਾਡੇ ਸਾਥ ਮਿਲ ਗਿਆ ਉਹਨਾਂ ਨੂੰ ਹਾਂਜੀ 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 ਤੇ ਮਾਲਕ ਨੇ ਬਖਸ਼ਿਸ਼ ਕੀਤੀ ਤੇ ਫਿਰ ਬਸ ਉਹ ਤਾਂ ਸ਼ੁਰੂ ਕਰਨ ਦੀ ਦੇਰ ਸੀਗੀ ਜੀ ਮਹੀਨੇ 'ਚ 30 ਦਿਨ ਹੁੰਦੇ ਆ ਤੇ ਮੈਂ 40-45 ਮਤਲਬ ਸ਼ੋਅ ਮੇਰੇ ਲੱਗਣੇ ਸ਼ੁਰੂ ਹੋ ਗਏ ਇੱਕ ਗਾਣੇ ਦੇ ਨਾਲ ਹੀ ਵਾਓ ਉਹ ਫਿਰ ਇੱਕ ਹੁੰਦਾ ਕਿ ਕਈ ਗਾਣੇ ਜਿਸ ਤਰ੍ਹਾਂ ਅਸੀਂ ਆਪਣੇ ਜੇ ਡੈਡੀ ਦੀ ਗੱਲ ਕਰੀਏ ਡੈਡੀ ਦੇ ਇੱਕ ਗਾਣੇ ਨੇ ਇੰਨੀ ਪਛਾਣ ਬਣਾਈ ਆ ਜਿੰਨੇ ਮਰਜ਼ੀ ਗਾਣੇ ਗਾ ਲਓ ਪਰ ਜਿਹੜਾ ਮੇਨ ਗਾਣਾ ਹੈਗਾ ਉਹ ਫਿਰ ਸਾਹਮਣੇ ਉਹੀ ਸਾਹਮਣੇ ਆਉਂਦਾ ਹੈਗਾ ਸੋ ਇਸ ਤਰ੍ਹਾਂ ਜਿਹੜੇ ਤੁਸੀਂ ਦੂਰਦਰਸ਼ਨ ਤੇ ਇੱਕ ਹੈਗਾ ਕਿ ਜਦੋਂ ਆਪਾਂ ਮੀਡੀਆ ਦੇ ਵਿੱਚ ਜਾਂਦੇ ਹਾਂ ਜ਼ਿਆਦਾ ਮੀਡੀਆ ਦਾ ਜਦੋਂ ਹੱਥ ਮਿਲਦਾ ਹੈਗਾ ਐਜ਼ ਏ ਜਦੋਂ ਪੀਪਲ ਆਪਾਂ ਨੂੰ ਟੈਲੀ ਤੇ ਦੇਖਦੇ ਕਿ ਦਿੰਦੇ ਨੋ ਕਿ ਇਸ ਬੰਦੇ ਦੇ ਵਿੱਚ ਕਿੰਨੀ ਕੁ ਲਗਨ ਹੈਗੀ ਕਿੰਨਾ ਕਿਸ ਨੂੰ ਮੀਡੀਆ ਦਾ ਪਤਾ ਮੈਂ ਤੁਹਾਡੀ ਇੱਥੋਂ ਗੱਲ ਭੈਣ ਜੀ ਵੱਡੀ ਕਰਦਾ ਰਾਜ ਭੈਣ ਜੀ ਮੀਡੀਆ ਜਿਹੜਾ ਬਹੁਤ ਵੱਡੀ ਚੀਜ਼ ਹਾਂਜੀ ਲੇਕਿਨ ਬੂਟਾ ਮਾਮਾ ਦਾ ਇੱਕ ਇੱਦਾਂ ਦਾ ਵਾਹਦ ਕਲਾਕਾਰ ਕਹਿ ਲਈਏ ਜਾਂ ਵਾਹਦ ਇੱਕ ਇਨਸਾਨ ਹੈ ਕਿ ਜਿਹਨੇ ਮੀਡੀਆ ਦਾ ਸਹਾਰਾ ਨਹੀਂ ਇੰਨਾ ਲਿਆ ਬਹੁਤ ਘੱਟ 10% ਕਹਿ ਸਕਦੇ ਹਾਂ ਮੇਰੀ ਤਾਂ ਜਿੱਥੇ ਸਟੇਜ ਲੱਗ ਗਈ ਨਾ ਜੀ ਜਿੱਥੇ ਮੈਂ ਗਾ ਕੇ ਆ ਗਿਆ ਉੱਥੋਂ 10 ਸ਼ੋਅ ਮੇਰੇ ਬੁੱਕ ਹੋ ਗਏ ਮਤਲਬ ਨਹੀਂ ਮੇਰੇ ਮਤ ਜੋ ਤੁਸੀਂ ਪਹਿਲੀ ਵਾਰ ਸ਼ੁਰੂਆਤ ਕੀਤੀ ਸੀ ਦੂਰਦਰਸ਼ਨ ਤੇ ਜੇ ਆਪਾਂ ਦੂਰਦਰਸ਼ਨ ਦਾ ਨਾਮ ਲਈਏ ਕਾਫੀ ਵੱਡਾ ਹੈਗਾ ਕਿਉਂਕਿ ਜਿੱਥੋਂ ਕਾਫੀ ਸਿੰਗਰਾਂ ਨੇ ਆਪਣਾ ਨਾਮ ਬਣਾ ਉਸ ਦੂਰਦਰਸ਼ਨ ਤੋਂ ਨਿਕਲ ਕੇ ਸਟਾਰ ਬਣੇ ਹੈਗੇ ਮੇਰਾ ਮਤਲਬ ਉਹ ਸੀ ਕਿ ਜਦੋਂ ਆਪਾਂ ਦੂਰਦਰਸ਼ਨ ਦੇ ਪਹਿਲੀ ਵਾਰ ਤੁਸੀਂ ਗਾਣਾ ਗਏ ਸੀ ਵੇ ਨਾ ਮੈਂ ਨਾ ਬਹਿੰਦੀ ਵੇ ਤੇਰੇ ਬਾਜਰੇ ਦੀ ਰਾਖੀ ਜੀ 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 ਹੈਨਾ ਹਾਂਜੀ ਦੂਰਦਰਸ਼ਨ ਇੱਕ ਐਸਾ ਪਲੇਟਫਾਰਮ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਸ਼ਲੀਲ ਕੰਮ ਨਹੀਂ ਉੱਥੇ ਮਤਲਬ ਕਦੇ ਹੋ ਸਕਦਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਪੰਜਾਬ ਨੂੰ ਇਸ ਦੂਰਦਰਸ਼ਨ ਦੀ ਇਹ ਦੇਣ ਹੈ ਤੇ ਆਹ ਤਾਂ ਚੈਨਲਾਂ ਦੇ ਉੱਤੇ ਆ ਕੇ ਤਾਂ ਬਹੁਤ ਸਾਡਾ ਨੁਕਸਾਨ ਵੀ ਹੋਇਆ ਫਾਇਦਾ ਇਸ ਗੱਲ ਦਾ ਹੋਇਆ ਕਿ ਪੰਜਾਬੀ ਦੂਰ ਦੂਰ ਤੱਕ ਫੈਲ ਗਈ ਲੇਕਿਨ ਨੁਕਸਾਨ ਇਹ ਹੋਇਆ ਕਿ ਉਹਦੇ ਉੱਤੇ ਨਗੇਜ਼ਪਨ ਵੀਡੀਓ ਜਿਹੜਾ ਅਸ਼ਲੀਲ ਜਾਂ ਹੋਰ ਉਹ ਵੀ ਚੱਲਦੇ ਸਾਰਾ ਕਿਉਂਕਿ ਪੇਡ ਹੈ ਦੂਰਦਰਸ਼ਨ ਨੇ ਸਾਫ ਸੁਥਰਾ ਹੀ ਦਿੱਤਾ ਜੋ ਦਿੱਤਾ ਤੇ ਇੱਕ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੈਗੇ ਬੂਟਾ ਜੀ ਤੇ ਤੁਸੀਂ ਡਾਂਸ ਵੀ ਕਾਫੀ ਅੱਛਾ ਕਰਦੇ ਹੈਗੇ ਮਾਲਕ ਕਰਾਉਂਦਾ ਜੀ ਹਾਂਜੀ ਤੇ ਹਨ ਮੇਰਾ ਕੁਐਸਚਨ ਹੈਗਾ ਕਿ ਤੁਸੀਂ ਇੱਕ ਤਾਂ ਤੁਹਾਡੇ ਬਲੱਡ ਟੂ ਬਲੱਡ ਮਿਊਜ਼ਿਕ ਆਇਆ ਹੈਗਾ ਇੱਕ ਤੁਸੀਂ ਪਹਿਲਾਂ ਮਿਊਜ਼ੀਸ਼ੀਅਨ ਸੀ ਇਹ ਜਿਹੜਾ ਤੁਸੀਂ ਨੱਚਣਾ ਹੈਗਾ ਇੱਕ ਤਾਂ ਜੇ ਮੈਂ ਕਹਾਵਤ ਕਰਾਂ ਕਿ ਨੱਚਣਾ ਟੱਪਣਾ ਆਪਣੇ ਪੰਜਾਬੀਅਤ ਦੇ ਬਲੱਡ ਦੇ ਵਿੱਚ ਹੈਗਾ ਪਰ ਫਿਰ ਵੀ ਐਜ਼ ਅ ਸਟੇਜ ਤੇ ਗਾਉਣਾ ਵੀ ਨੱਚਣਾ ਵੀ ਦਿਸ ਇਜ਼ ਟੂ ਹਾਰਡ ਐਕਚੁਅਲੀ ਜੀ ਬਿਲਕੁਲ ਹੈ ਨਾ ਤੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਤੁਸੀਂ ਮੇਨਟੇਨ ਰੱਖਦੇ ਹੈਗੇ ਆ ਕਿੱਦਾਂ ਤੁਹਾਨੂੰ ਹੈਗਾ ਕਿ ਤੁਸੀਂ ਕਲਾਸਿਸ ਵੀ ਲਈ ਹੈਗੀ ਆ ਭੰਗੜੇ ਦੀਆਂ ਭੈਣ ਜੀ ਮੈਂ ਕਲਾਸ ਨਹੀਂ ਕੋਈ ਵੀ ਲੈ ਸਕਿਆ ਮੇਰੀ ਬਦਕਿਸਮਤੀ ਹੈ ਲੇਕਿਨ ਮੇਰੇ ਅੰਦਰੋਂ ਹੀ ਮਤਲਬ ਉਹ ਸਾਰਾ ਹੁੰਦਾ ਇੱਕ ਤਾਂ ਹੁੰਦਾ ਨਹੀਂ ਭੰਗੜਾ ਜਿੱਦਾਂ ਆਪਾਂ ਮੁੰਡੇ ਪਾਉਂਦੇ ਆ ਮਤਲਬ ਕਾਲਜਾਂ ਦੇ ਵਿੱਚ ਹਾਂਜੀ ਮੈਂ ਉਹੀ ਕਹਿੰਦੀ ਕਿ ਤੁਹਾਡਾ ਕਾਫੀ ਵੱਖਰਾ ਅੰਦਾਜ਼ ਹੈਗਾ ਕਿ ਤੁਸੀਂ ਉਸ ਗਾਣੇ ਵਿੱਚ ਖੁੱਬ ਜਾਂਦੇ ਹੈਗੇ ਜੀ 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 ਮੇਰਾ ਐਕਚੁਅਲੀ ਭੰਗੜਾ ਨਹੀਂ ਰਿਹਾ ਉਹ ਡਾਂਸ ਵੀ ਇਸ ਤਰੀਕੇ ਦਾ ਬਣ ਗਿਆ ਕਿ ਉਹ ਕੁਝ ਨਵੇਂ ਪੈਟਰਨ ਮਤਲਬ ਆਪੇ ਜਿੱਦਾਂ ਰਿਦਮ ਅੰਦਰ ਆ ਰਿਦਮ ਅੰਦਰ ਹੈ ਤੇ ਮੈਂ ਜੋ ਵੀ ਕਰਨਾ ਇੱਕ ਮਤਲਬ ਮੈਂ ਇਸ ਗਾਣੇ ਦੇ ਉੱਤੇ ਇੱਕ ਜੰਪ ਮਾਰਦਾ ਹੁੰਦਾ ਸੀ ਕਾਫੀ ਵੱਡਾ ਉਹ ਜੰਪ ਜਦੋਂ ਮਾਰਨਾ ਤੇ ਉਹ ਵੀ ਮਤਲਬ ਮਾਤਰੇ ਹੁੰਦੇ ਆ ਸਰ ਜਿੱਦਾਂ ਰਿਦਮ ਦੇ ਤੇ ਉਹ ਮਾਤਰਿਆਂ ਵਿੱਚ ਮਾਰਨਾ ਕਿ ਇੰਨੇ ਮਾਤਰੇ ਦਾ ਜੰਪ ਗਿਆ ਤੇ ਇੰਨੇ ਮਾਤਰੇ ਦਾ ਆ ਕੇ ਮੁੜ ਕੇ ਫਿਰ ਉਹ ਸਮ ਤੇ ਆ ਗਿਆ ਜੰਪ ਹੋਰ ਲੋਕਾਂ ਨੇ ਵੀ ਮਾਰੇ ਹੋਰ ਵੀ ਕਲਾਕਾਰਾਂ ਨੇ ਮਾਰੇ ਲੇਕਿਨ ਉਹਨਾਂ ਨੂੰ ਇਹ ਤਜਰਬਾ ਨਹੀਂ ਸੀ ਹਾਂਜੀ ਉਹ ਤਜਰਬਾ ਨਹੀਂ ਸੀ ਉਹਨਾਂ ਨੂੰ ਤੇ ਜਦੋਂ ਤੁਸੀਂ ਇਕੱਲੇ ਬੰਦੇ ਹੈਗੇ ਆ ਜੇ ਆਪਾਂ ਗੱਲ ਕਰੀਏ ਕਿ ਆਪਾਂ ਜਦੋਂ ਆਪਣੇ ਕੋਲ ਟਾਈਮ ਕਾਫੀ ਹੁੰਦਾ ਹੈਗਾ ਤੇ ਆਪਾਂ ਜਾਂ ਤਾਂ ਜੇ ਆਪਾਂ ਹੁਣ ਮਿਊਜ਼ਿਕ ਦੇ ਵਿੱਚ ਹੈਗਾ ਜਾਂ ਤਾਂ ਆਪਾਂ ਮਿਊਜ਼ਿਕ ਸੁਣਨਾ ਹੈਗਾ ਹਾਂਜੀ ਹੋਰ ਕੁਝ ਸੁਣਨਾ ਨਹੀਂ ਹੈਗਾ ਤੁਸੀਂ ਇਕੱਲੇਪਨ ਦੇ ਵਿੱਚ ਕਿਸ ਤਰ੍ਹਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੈਗੇ ਜਦੋਂ ਮੈਂ ਬਹੁਤ ਕਹਿ ਸਕਦੇ ਕਿ ਫਰਸਟਰੇਟ ਹੋ ਜਾਂਦਾ ਜਿੱਦਾਂ ਤੇ ਪਹਿਲੀ ਗੱਲ ਇਹ ਹੁੰਦੀ ਆ ਕਿ ਮੇਰੇ ਕੋਲ ਸਮਾਂ ਹੋਵੇ ਤੇ ਮੈਂ ਆਪਣੇ ਮੁਰਸ਼ਦ ਮੇਰੇ ਮੁਰਸ਼ਦ ਨੇ ਨਵਾਂ ਸ਼ਹਿਰ ਦੇ ਕੋਲ ਬੈਰਸੀਆਂ ਪਿੰਡ ਮੇਰੇ ਗੁਰੂ ਨੇ ਤੇ ਉੱਥੇ ਦੀ ਦੌੜ ਹੁੰਦੀ ਆ ਕਿ ਮੈਂ ਚਲੇ ਜਾਵਾਂ ਕਿਸੇ ਤਰੀਕੇ ਨਾਲ ਮੈਂ ਪਹੁੰਚ ਜਾਵਾਂ ਦਰਬਾਰ ਪਹੁੰਚ ਜਾਵਾਂ ਤੇ ਸੈਕਿੰਡਲੀ ਇਹ ਹੁੰਦਾ ਕਿ ਖਾਨ ਸਾਹਿਬ ਗੁਲਾਮ ਅਲੀ ਸਾਹਿਬ ਉਹਨਾਂ ਦੀ ਕੋਈ ਗਜ਼ਲ ਸੁਣ ਲਈਏ ਤੇ ਜਾਂ ਫਿਰ
खान साहब नुसरत फतेह अली खान साहब उन्होंने कवाली सुन ली है। फिर ना थोड़ा जहा फिर वह भुल जाता मैं कि मैं मतलब मैं कोई टेंशन है ज मैं कि कम करना ज कुछ होर फिर वो सारा कुछ म्यूजिक ਤੇ ਵਿੱਚ ਲਗਨ ਹੋ ਜਾਂਦਾ। ਹਾਂ ਤੁਸੀਂ ਨੁਸਰਤ ਸਾਹਿਬ ਜੀ ਦਾ ਨਾਮ ਲਿਆ ਜੇ ਦੋ ਕੁਆਲੀ ਦੇ ਬੋਲ ਹੋ ਜਾਣ ਨੁਸਰਤ ਸਾਹਿਬ ਜੀ ਦੇ ਅੱਛਾ ਜੀ ਉਹਨਾਂ ਦੀ ਕੁਆਲੀ ਦੇ ਬੋਲ ਪਲੀਜ਼ ਹੁਣ ਕੁਆਲੀਆਂ ਉਹਨਾਂ ਦੀਆਂ ਬਹੁਤ ਜ਼ਿਆਦਾ ਨੇ ਤੇ ਮਤਲਬ ਕਿਹਨੂੰ ਆਪਾਂ ਗਾਇਆ ਜਾਵੇ। ਹਾਂਜੀ ਕੋਈ ਵੀ ਜੋ ਤੁਹਾਡੇ ਦਿਲ ਦੇ ਕਰੀਬ ਹੈਗਾ। ਅੱਛਾ ਜੀ ਹਾਂਜੀ ਕਿਉਂਕਿ ਅੱਜ ਤੁਹਾਨੂੰ ਅਸੀਂ ਚੋਇਸ ਨਹੀਂ ਦੇਣੀ ਜੋ ਤੁਸੀਂ ਸੁਣਾਉਣਾ ਚਾਹੁੰਦੇ ਹੈਗੇ ਕੁਆਲੀ ਨੁਸਰਤ ਫਤਿਹ ਉਹਨਾਂ ਨੇ ਵੀ ਮਿਊਜ਼ਿਕ ਦੇ ਵਿੱਚ ਕਾਫੀ ਅੱਛਾ ਨਾਮ ਕਮਾਇਆ ਤੇ ਹਜੇ ਤੱਕ ਵੀ ਉਹਨਾਂ ਦਾ ਜਿਹੜਾ ਪਰਿਵਾਰਕ ਜਿਹੜੇ ਮੈਂਬਰ ਉਸ ਮਿਊਜ਼ਿਕ ਨੂੰ ਅਗਾਹ ਤੋਂ ਅਗਾਹ ਲੈ ਕੇ ਆ ਰਹੇ ਹੈਗੇ ਆ। ਹਾਂਜੀ ਪਲੀਜ਼ ਦੋ ਕਲਾਈਨਾਂ ਕਵਾਲੀ ਦੀਆਂ। ਹਾਂਜੀ ਉਹਨਾਂ ਦੀ ਕਵਾਲੀਆਂ ਤਾਂ ਬਹੁਤ ਸਾਰੀਆਂ ਹਿੱਟ ਨੇ। ਹਾਂਜੀ ਤੇ ਹੁਣ ਮੇਰੇ ਜੋ ਜਿਹਨ ਚ ਇੱਕਦਮ ਆ ਜਾਵੇ ਤਾਂ ਹੋਏ ਵੀ ਉਹਨਾਂ ਨੇ ਗਾਇਆ ਨਿਤ ਖੈਰ ਮੰਗਾ ਬੈ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਮੈਂ ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ। ਵਾਓ ਇੱਕਦਮ ਹੀ ਜਿਹੜੀ ਥਿੰਕਿੰਗ ਹੈਗੀ ਨੁਸਰਤ ਸਾਹਿਬ ਵੱਲ ਚਲ ਗਈ ਕਿਉਂਕਿ ਜਦੋਂ ਉਹ ਗਾਉਂਦੇ ਸੀਗੇ ਕਿਆ ਕਹਿਣੇ। ਦੇਖੋ ਜੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਸੰਗੀਤ ਉਹਨਾਂ ਦੀ ਕਵਾਲੀ ਨੂੰ ਸੁਣ ਕੇ ਮੈਂ ਕਹਿ ਇਹ ਮਤਲਬ ਛੋਟ ਹੀ ਨਾ ਕਹਿ ਸਕਦਾ ਕਿ ਬੰਦੇ ਦਾ ਧਿਆਨ ਜਿਹੜਾ ਉਹ ਮਾਲਕ ਵੱਲ ਰੱਬ ਵੱਲ ਲੱਗ ਜਾਂਦਾ ਹੈਗਾ ਜੀ। ਇੱਕ ਤੁਸੀਂ ਇੱਦਾਂ ਸੀ ਕਿ ਜੋ ਤੁਸੀਂ ਇਸ ਕੰਟਰੀ ਵਿੱਚ ਆ ਕੇ ਮੇਲਿਆਂ ਦੇ ਉੱਤੇ ਗਾਇਆ ਹੈਗਾ ਜੀ ਤੇ ਜਿਹੜੇ ਪੰਜਾਬ ਦੇ ਮੇਲੇ ਹੈਗੇ ਕਿਉਂਕਿ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਗੱਲ ਕਰ ਰਹੀ ਸੀ ਕਿ ਜਦੋਂ ਪੰਜਾਬ ਦੇ ਮੇਲਿਆਂ ਦੇ ਉੱਤੇ ਕਾਫੀ ਡਿਫਰੈਂਟ ਹੈਗਾ ਇੱਥੇ ਵੀ ਆਪਾਂ ਟਰਾਈ ਕਰਦੇ ਹੈਗੇ ਕਿ ਅਸੀਂ ਉਸ ਮਾਹੌਲ ਨੂੰ ਪੰਜਾਬ ਦੇ ਮਾਹੌਲ ਨੂੰ ਲਿਆਂਦਾ ਜਾਵੇ। ਤੁਹਾਨੂੰ ਕਿਸ ਤਰ੍ਹਾਂ ਲੱਗਾ ਜੋ ਤੁਸੀਂ ਇੱਥੇ ਆ ਕੇ ਵਿਸਾਖੀ ਦੇ ਇੱਕ ਪਵਿੱਤਰ ਤਿਉਹਾਰ ਦੇ ਉੱਤੇ ਗਾਇਆ ਹੈਗਾ ਤੇ ਉਹੀ ਜੇ ਤੁਸੀਂ ਪੰਜਾਬ ਦੇ ਵਿੱਚ ਜਦੋਂ ਵਿਸਾਖੀ ਦੇ ਮੇਲੇ ਤੇ ਜਾਂਦੇ ਹੈਗੇ ਤੁਹਾਨੂੰ ਕੀ ਇਹਦੇ ਵਿੱਚ ਕੀ ਡਿਫਰੈਂਟ ਲੱਗਾ ਹੈਗਾ? ਇਹ ਡਿਫਰੈਂਟ ਇਹ ਲੱਗਿਆ ਕਿ ਪਹਿਲਾਂ ਤਾਂ ਮੈਨੂੰ ਖੁਸ਼ੀ ਤਾਂ ਇਸ ਗੱਲ ਦੀ ਬਹੁਤ ਹੋਈ ਕਿ ਸਾਡਾ ਸਿੱਖ ਪਰਿਵਾਰਾਂ 'ਚ ਕਹਿ ਲਈਏ ਜਾਂ ਪੰਜਾਬੀਆਂ 'ਚ ਕਹਿ ਲਈਏ ਸਾਰਿਆਂ 'ਚ ਉਤਸ਼ਾਹ ਬਹੁਤ ਹੈ ਵਿਸਾਖੀ ਮੇਲੇ ਦਾ। ਔਰ ਹੁਣ ਮੈਨੂੰ ਇੱਕ ਗੱਲ ਇਹ ਸਮਝ ਨਹੀਂ ਲੱਗੀ ਉਹ ਸ਼ਾਇਦ ਪਤਾ ਨਹੀਂ ਮੇਰਾ ਤਜਰਬਾ ਨਹੀਂ ਮੈਂ ਪਹਿਲੀ ਵਾਰੀ ਇਹ ਇਸ ਤਰੀਕੇ ਨਾਲ ਮੈਂ ਗਰਾਊਂਡ ਵਿੱਚ ਜਿੱਦਾਂ ਸਟੇਜ 'ਤੇ ਗਿਆ ਸੀ ਕਿ ਜਦੋਂ ਸਾਰੀ ਸੰਗਤ ਇਕੱਠੀ ਹੁੰਦੀ ਹੈ ਅਤੇ ਇੱਕ ਜਿੱਦਾਂ ਦੀਵਾਨ ਲੱਗਦੇ ਆ ਇਸ ਤਰੀਕੇ ਨਾਲ ਇੱਕ ਪੰਜਾਬੀ ਜਿਹੜੇ ਪ੍ਰੋਗਰਾਮ ਹੈਗੇ ਕਰਨ ਵਾਲੇ ਸਾਰੇ ਲੋਕ ਆ ਕਲਾਕਾਰ ਨੇ ਉਹਨਾਂ ਲਈ ਵੀ ਇੱਕ ਦੂਰ ਤੋਂ ਇੱਦਾਂ ਦੀ ਸਟੇਜ ਲੱਗਣੀ ਚਾਹੀਦੀ ਹੈ ਜਿਹਦੇ ਵਿੱਚ ਸੰਗਤ ਬਹਿ ਕੇ ਸੁਣ ਸਕੇ ਅਤੇ ਉਹ ਫਿਰ ਲੋਕ ਮੇਲਾ ਵੇਖਦੇ ਆ ਮੇਲਾ ਵੇਖਦੇ ਵੇਖਦੇ ਜੇ ਕੋਈ 100-200 ਬੰਦਾ ਖੜ੍ਹ ਗਿਆ ਉਹਨਾਂ ਨੇ ਇੱਕ ਗਾਣਾ ਦੇਖਿਆ ਜਾਂ ਦੋ ਗਾਣੇ ਸੁਣੇ ਫਿਰ ਚੱਲ ਗਿਆ ਫਿਰ ਹੋਰ ਕੋਈ ਆ ਗਿਆ ਉਹ ਇੱਕ ਹੋਰ ਤਰੀਕੇ ਦਾ ਮੇਲਾ ਬਣਦਾ ਆ ਅਤੇ ਬਾਕੀ ਮੇਲਾ ਜਿਹੜਾ ਉੱਦਾਂ ਮੈਨੂੰ ਚੰਗਾ ਲੱਗਿਆ ਸੰਗਤ ਬਹੁਤ ਸੀ ਔਰ ਬਾਜ਼ਾਰ ਵੀ ਬਣੇ ਹੋਏ ਆ ਚੀਜ਼ਾਂ ਸ਼ੋਪਿੰਗ ਕਰ ਰਹੇ ਆ ਕਿਤੇ ਗੋਲ ਗੱਪੇ ਖਾ ਰਹੇ ਆ ਕਿਤੇ ਪਕੌੜੇ ਖਾ ਰਹੇ ਆ ਔਰ ਜਿਵੇਂ ਲੰਗਰ ਚੱਲਦੇ ਆ ਸਾਰੇ ਪੰਜਾਬ ਦੇ ਵਿੱਚ ਉਸੇ ਤਰੀਕੇ ਨਾਲ ਸਾਰਾ ਬਣਿਆ ਸੀ ਉਹ ਮੈਨੂੰ ਚੰਗਾ ਬਹੁਤ ਲੱਗਿਆ। ਇਹ ਇੱਕ ਮੈਂ ਬੜੇ ਮਾਣ ਨਾਲ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਖੁਦ ਦੇ ਪਿੰਡ ਦੇ ਵਿੱਚ ਜਾ ਕੇ ਵੀ ਤੁਸੀਂ ਮੇਲੇ ਤੇ ਗਾਉਂਦੇ ਹੈਗੇ ਖਾਨਪੁਰ ਇਹ ਖਾਨਪੁਰ ਲਾਂਦੜਾ ਦੇ ਕੋਲ ਲਾਂਦੜਾ ਦੇ ਕੋਲ ਓਕੇ ਅਪਰੇ ਦੇ ਕੋਲੇ ਹਾਂਜੀ ਠੀਕ ਹੈ ਜੀ ਉੱਥੇ ਹੁਣ ਵੀ ਪਹਿਲੀ ਦੋ ਦਾ ਮੇਲਾ ਆ ਹਾਂਜੀ ਸਾਡੇ ਡੈਡੀ ਜੀ ਦਾ ਪਿੰਡ ਹੈਗਾ ਸੋ ਬੜੇ ਮਾਣ ਦੇ ਨਾਲ ਦੱਸਣ ਨੂੰ ਲੱਗਦਾ ਕਿ ਤੁਸੀਂ ਸਾਡੇ ਪਿੰਡ ਵੀ ਜਾ ਕੇ ਆਪਣੇ ਪੰਜਾਬੀ ਦੀ ਜਿਹੜੀ ਗਾਣਿਆਂ ਦੀ ਤੁਸੀਂ ਮੈਂ ਤਾਂ ਜਾਣਦਾ ਹੀ ਆ ਜੀ ਤੁਹਾਡੇ ਪਿੰਡ ਮੈਂ ਤਾਂ ਹੋਰ ਵੀ ਸਾਰੇ ਸਿੰਗਰ ਲੈ ਕੇ ਜਾਣਾ ਹਾਂ ਦੈਟਸ ਨਾਈਸ ਤੇ ਸਾਡੇ ਟਾਈਮ ਦੇ ਵਿੱਚ ਪ੍ਰੋਗਰਾਮ ਚ ਰਹਿ ਗਏ 5 ਮਿੰਟ ਜੀ ਸੋ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨਾ ਚਿਰ ਰਿਆਜ਼ ਕਰਦੇ ਹੈਗੇ? ਰਿਆਜ਼ ਜਿਹੜਾ ਨਾ ਜੀ ਹੁਣ ਤਾਂ ਚਲੋ ਟੈਨਸ਼ਨਾਂ ਵਿੱਚ ਵੀ ਥੋੜ੍ਹਾ ਟਾਈਮ ਘੱਟ ਮਿਲਦਾ ਜਾਂ ਮਤਲਬ ਲੱਤ ਕਿਤੇ ਆ ਬਾਂਹ ਕਿਤੇ ਆ ਨੱਠ ਭੱਜ ਰਹਿੰਦੀ ਹੈ ਅਤੇ ਫਿਰ ਵੀ ਟਾਈਮ ਕੱਢੀਦਾ ਆ ਲੇਕਿਨ ਜਦੋਂ ਜੋ ਰਿਆਜ਼ ਦਾ ਵਕਤ ਹੈ ਉਹ ਤਾਂ ਭਾਵੇਂ ਤੁਸੀਂ 8-9 ਘੰਟੇ ਵੀ ਕਰ ਲਈਏ ਤਾਂ ਉਹ ਵੀ ਥੋੜ੍ਹਾ ਹੀ ਉਹ ਵੀ ਥੋੜ੍ਹਾ ਹੈਗਾ ਜੀ। ਹਾਂਜੀ ਅਤੇ ਬੂਟਾ ਜੀ ਨੂੰ ਪੰਜਾਬੀ ਗਾਣਿਆਂ ਦੇ ਵਿੱਚੋਂ ਪੰਜਾਬੀ ਸਿੰਗਰਾਂ ਦੇ ਵਿੱਚੋਂ ਕਿਸ ਨੂੰ ਪਸੰਦ ਕਰਦੇ ਹੈਗੇ? ਇਹ ਪੰਜਾਬੀ ਸਿੰਗਰਾਂ 'ਚੋਂ ਦੇਖੋ ਪੰਜਾਬੀ ਸਿੰਗਰ ਜਿਵੇਂ ਮੈਂ ਸਾਰਿਆਂ ਨਾਲ ਕੰਮ ਕੀਤਾ ਉਹ ਤਾਂ ਚੰਗੇ ਹੈ ਹੀ ਹੈ ਸੀ
तो उन्होंने मैं बहुत कुछ मैं सीखने भी मिले, मतलब मैं उन्होंने चंगी चीज़ा बहुत ग्रहण कीतिया। लेकिन मैं कह सकता बड़े फखर के नाल कि मैं बाबा बुले शाह गाया भी है, तो बाबा बुले शाह सुनिया भी है, पढ़िया भी है, वेख्या नहीं सी। अच्छा। तो वो वेख्या एको ही एक इंसान है, नहीं जी, जिन्होंने बाबा बुले शाह वांग नचया भी है, तो बाबा बुले शाह वांग लिखिया भी है, वो है बाबा गुरदास मान साहब। हाथ जोड़ के बेनती है, स्नेहा भी नहीं कह सकता, बेनती है कि जिहड़े अजे गुरु वाले नहीं बने वह गुरु वाले जरूर बन जाण, वह भावें किसी भी कम्यूनिटी के हो, जिहड़े गुरु रविदास महाराज के भगत ने जां उन्हां दे सेवक ने, वह गुरुदास महाराज के उन्हां दे मल चेले बन जाण और उन्हां दे पूरियां ते चलण, जो भगवान श्री वाल्मीकि महाराज के सेवक ने उन्हां दे मुताबक चलण, जिहड़े सिख जिथों सिख इतिहास चलता है उत्थों मैं कहना कि अमृत छकण जरूर गुरु वाले बन, मेरी यही है। और माँ बाप जिन्हें जीवंदे अपने माँ बाप की सेवा कर। थैंक यू। एंड आई होप तुसी बूटा साहब जी की इंटरव्यू पसंद किया होना है, तो टाइम की कमी करके हम प्रोग्राम की समाप्ति करनी पैगी है, पर भी थानू नैक्सट वीक मिलेंगे जी 4 to 5 बजे तक, तुम रखना अपना अपना ख्याल। तो मिलते हैं जी, एक मेला होर आ रहा है, होप थानू पता होना, और नहीं तो सरप्राइज देवेंगे संडे नू। वाहिगुरु जी का खालसा, वाहिगुरु जी की फतेह।